ਸਤਿ ਸ੍ਰੀ ਅਕਾਲ ਇੰਡੀਆ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਇੰਡੀਆ ਨਿਊਜ਼ ਪੰਜਾਬ ਦੀ ਖਾਸ ਪੇਸ਼ਕਸ਼ ਸ਼ਖਸੀਅਤ 'ਚ ਤੁਹਾਡਾ ਸਵਾਗਤ ਹੈ ਅਤੇ ਸ਼ਖਸੀਅਤ ਦੇ ਵਿੱਚ ਅੱਜ ਅਸੀਂ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਪੰਜਾਬ ਦੇ ਇੱਕ ਦਾਵਾ ਆਗੂ ਜੋ ਜਾਣੇ ਜਾਂਦੇ ਨੇ ਆਪਣੇ ਬੇਬਾਕ ਅੰਦਾਜ਼ ਦੇ ਲਈ। ਜੇ ਅਸੀਂ ਗੱਲ ਕਰ ਰਹੇ ਹਾਂ ਵਿਰੋਧੀ ਧਿਰ ਦੇ ਆਗੂ ਭੁਲੱਥ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੁਖਪਾਲ ਸਿੰਘ ਖਹਿਰਾ ਦੀ। ਖਹਿਰਾ ਸਾਹਿਬ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਤੁਹਾਡਾ, ਵਾਰਮ ਵੈਲਕਮ ਹੈ ਇੰਡੀਆ ਨਿਊਜ਼ ਪੰਜਾਬ ਦੇ ਵਿੱਚ। ਤੁਸੀਂ ਫਸਟ ਟਾਈਮ ਸਾਡੇ ਰੂਬਰੂ ਹੋ ਰਹੇ ਹੋ ਅਤੇ ਜਨਤਾ ਦੇ ਨਾਲ ਰੂਬਰੂ ਹੋ ਰਹੇ ਹੋ ਸਾਡੇ ਜ਼ਰੀਏ। ਸਭ ਤੋਂ ਪਹਿਲਾਂ ਜੀ, ਸਭ ਤੋਂ ਪਹਿਲਾਂ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਵੀ ਸ਼ੁਕਰੀਆ ਜੀ। ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਬਾਦ ਵੀ ਵਿਰੋਧੀ ਧਿਰ ਦਾ ਆਗੂ ਚੁਣੇ ਜਾਣ ਉੱਤੇ। ਥੈਂਕ ਯੂ, ਆਈ ਐਮ ਗ੍ਰੇਟਫੁਲ ਟੂ ਆਲ ਆਫ ਯੂ ਜੀ। ਖਹਿਰਾ ਸਾਹਿਬ, ਸ਼ੁਰੂਆਤ ਅਸੀਂ ਸਵਾਲਾਂ ਦੇ ਜੇਕਰ ਕਰੀਏ ਤਾਂ ਸ਼ੁਰੂਆਤ ਮੈਂ ਤੁਹਾਡੀ ਨਵੀਂ ਜ਼ਿੰਮੇਵਾਰੀ ਤੋਂ ਹੀ ਕਰੂੰਗਾ। ਵਿਰੋਧੀ ਧਿਰ ਦਾ ਆਗੂ ਹੁਣ ਤੁਸੀਂ ਬਣ ਚੁੱਕੇ ਹੋ, ਕਿੰਨੀ ਵੱਡੀ ਚੁਣੌਤੀ ਅਤੇ ਨਾਲ ਹੀ ਜਿਹੜੇ ਵਿਰੋਧੀ ਧਿਰਾਂ ਨੇ, ਚਾਹੇ ਉਹ ਬੀਜੇਪੀ ਹੋਵੇ, ਅਕਾਲੀ ਦਲ ਹੋਵੇ ਜਾਂ ਤੁਹਾਡੀ ਖੁਦ ਦੀ ਆਮ ਆਦਮੀ ਪਾਰਟੀ ਹੋਵੇ, ਇਕਜੁੱਟ ਕਰਨ ਦੀ ਤੁਹਾਨੂੰ ਲੱਗਦਾ ਕਿ ਵੱਡੀ ਚੁਣੌਤੀ ਹੋਵੇਗੀ? ਨਹੀਂ ਦੇਖੋ, ਜਿਹੜੀ ਤਾਂ ਸਾਡੀ ਜ਼ਿੰਮੇਵਾਰੀ ਐਜ਼ ਵਿਰੋਧੀ ਧਿਰ ਆ, ਉਹ ਅਸੀਂ ਨਿਭਾਵਾਂਗੇ ਪੂਰੀ ਠੋਕ ਵਜਾ ਕੇ ਵਿਧਾਨ ਸਭਾ ਦੇ ਅੰਦਰ ਵੀ ਅਤੇ ਬਾਹਰ ਵੀ। ਔਰ ਬਹੁਤ ਪੱਖ ਦੇ ਮਸਲੇ ਨੇ ਪੰਜਾਬ, ਮੈਂ ਹੁਣੇ ਆ ਰਿਹਾ ਵਾਂ, ਚਨਾਰਥਲ ਪਿੰਡ ਆ ਫਤਿਹਗੜ੍ਹ ਸਾਹਿਬ, ਉੱਥੇ ਇੱਕ ਪਰਿਵਾਰ ਦੇ 3 ਵਿਅਕਤੀਆਂ ਨੇ ਆਤਮ ਹੱਤਿਆ ਕਰ ਲਈ। ਅੱਜ ਉਹਨਾਂ ਦੇ ਪਰਿਵਾਰ ਵਿੱਚ, ਦਵਿੰਦਰ ਦੇ ਪਰਿਵਾਰ ਵਿੱਚ ਕੋਈ ਵੀ ਮੇਲ ਮੈਂਬਰ ਨਹੀਂ ਰਹਿ ਗਿਆ, 3 ਔਰਤਾਂ ਨੇ ਸਿਰਫ ਕਰਜ਼ੇ ਦੇ ਬੋਝ ਥੱਲੇ ਆ ਕੇ। ਖੇਤ ਮਜ਼ਦੂਰ ਮਰ ਰਿਹਾ ਹੈ, ਬੇਰੁਜ਼ਗਾਰ ਲੋਕ ਨੇ, ਟੈਂਕੀਆਂ 'ਤੇ ਚੜ੍ਹੇ ਹੋਏ ਨੇ, ਭ੍ਰਿਸ਼ਟਾਚਾਰ ਜਿਉਂ ਦਾ ਤਿਉਂ ਹੈ, ਮਾਫੀਆ ਜੋ ਅਕਾਲੀਆਂ ਦਾ ਸੀ ਉਹ ਪਿੱਛੇ ਹਟ ਗਏ ਨੇ ਅਤੇ ਕਾਂਗਰਸ ਦਾ ਮਾਫੀਆ ਮੋਹਰੇ ਆ ਗਿਆ ਵਾ। ਇਹ ਸਾਰੇ ਇਸ਼ੂਜ਼ ਨੂੰ ਅਸੀਂ ਲੈ ਕੇ ਬਹੁਤ ਵਿਰੋਧ ਕਰਾਂਗੇ, ਜਿੱਥੇ ਸਰਕਾਰ ਦਾ ਵਿਰੋਧ ਬਣਦਾ, ਜਿੱਥੇ ਸਰਕਾਰ ਸਾਡੀ ਪੋਜ਼ਿਟਿਵ ਕੰਟਰੀਬਿਊਸ਼ਨ ਦੀ ਉਮੀਦ ਰੱਖੇਗੀ। ਵੈਸੇ ਤਾਂ ਆਪਣੇ ਸਿਸਟਮ ਵਿੱਚ ਪੋਜ਼ਿਟਿਵ ਕੰਟਰੀਬਿਊਸ਼ਨ ਸਰਕਾਰਾਂ ਓਪੋਜੀਸ਼ਨ ਤੋਂ ਮੰਗਦੀਆਂ ਨਹੀਂ, ਲੇਕਿਨ ਜੇ ਕਿਤੇ ਉਹ ਅੱਛੇ ਗੱਲਾਂ ਦੇ ਉੱਤੇ ਸਾਡੇ ਸੁਝਾਅ ਮੰਗਣਗੇ ਉਹ ਵੀ ਨਾਲ ਦੇਵਾਂਗੇ। ਖਹਿਰਾ ਸਾਹਿਬ, ਉਮੀਦ ਹੈ ਕਿ ਜਿਹੜੀਆਂ ਦੂਜੀਆਂ ਵਿਰੋਧੀ ਪਾਰਟੀਆਂ ਨੇ, ਮੈਨੂੰ ਕੰਪਲੀਟ ਕਰ ਲੈਣ ਦਿਓ ਜੀ। ਹਾਂਜੀ ਪਲੀਜ਼। ਜਿਹੜੀ ਵਿਰੋਧੀ ਪਾਰਟੀਆਂ ਤੁਸੀਂ ਬੀਜੇਪੀ ਅਤੇ ਅਕਾਲੀ ਕਿਹਾ, ਸਾਡੇ ਵਾਸਤੇ ਕਾਂਗਰਸ ਅਤੇ ਅਕਾਲੀ ਬੀਜੇਪੀ ਗੱਠਜੋੜ ਬਰਾਬਰ ਦਾ ਦੀਆਂ ਭ੍ਰਿਸ਼ਟ ਪਾਰਟੀਆਂ ਨੇ ਜੀ। ਵੀ ਵਿਲ ਮੇਨਟੇਨ ਇਕਵੀ ਡਿਸਟੈਂਸ, ਬਰਾਬਰ ਦੀ ਦੂਰੀ ਇਹਨਾਂ ਤੋਂ, ਕਿਉਂਕਿ ਅਕਾਲੀਆਂ ਨੇ ਵੀ ਪੰਜਾਬ ਨੂੰ ਲੁੱਟਿਆ 10 ਸਾਲ ਅਤੇ ਹੁਣ ਕਾਂਗਰਸ ਉਹਨਾਂ ਦੇ ਰਾਹ 'ਤੇ ਚੱਲ ਪਈ ਹੈ। ਤਾਂ ਤੁਹਾਨੂੰ ਸਾਥ ਦੀ ਕੋਈ ਉਮੀਦ ਨਹੀਂ ਜਾਂ ਸਾਥ ਲੈਣਾ ਹੀ ਨਹੀਂ? ਨਹੀਂ, ਅਸੀਂ ਸਾਥ ਲਾਈਕ ਮਾਈਂਡਡ ਚੰਗੇ ਬੰਦਿਆਂ ਦਾ, ਪੰਜਾਬ ਵਿੱਚ ਹੋਰ ਬਹੁਤ ਫੋਰਸਿਸ ਨੇ, ਅੱਛੇ ਲੋਕ ਨੇ ਜੀ, ਬਹੁਤ ਸਾਰੀਆਂ ਕਿਸਾਨ ਯੂਨੀਅਨਸ ਨੇ ਜਿਹੜੀਆਂ ਲੜ ਰਹੀਆਂ ਲੋਕਾਂ ਦੇ ਹਿੱਤ ਵਾਸਤੇ, ਬਹੁਤ ਜਥੇਬੰਦੀਆਂ ਨੇ ਜਿਹੜੀਆਂ ਇੰਪਲੋਈਜ਼ ਦੇ ਹੱਕ ਵਿੱਚ ਲੜ ਰਹੀਆਂ, ਅਸੀਂ ਉਹਨਾਂ ਦੀ ਮਦਦ ਲਵਾਂਗੇ ਵੀ, ਮਦਦ ਦਿਆਂਗੇ ਵੀ। ਲੇਕਿਨ ਜਿੱਥੋਂ ਤਾਂ ਅਕਾਲੀਆਂ ਅਤੇ ਭਾਜਪਾ ਦਾ ਗੱਠਜੋੜ ਹੈ ਜਾਂ ਕਾਂਗਰਸ ਦਾ ਗੱਠਜੋੜ ਹੈ, ਇਹ ਦੋਨੋਂ ਅਰਸੇ ਤੋਂ 7-7, 8-8 ਸਰਕਾਰਾਂ ਹੰਡਾ ਚੁੱਕੇ ਨੇ। ਅੱਜ ਜਿਹੜਾ ਪੰਜਾਬ ਅੱਜ ਜਿਹੜੀ ਤ੍ਰਾਸਦੀ 'ਤੇ ਪਹੁੰਚ ਗਿਆ, ਚਾਹੇ ਉਹ ਪੰਜਾਬ ਸੂਬਾ ਕਰਜ਼ਈ ਆ, ਚਾਹੇ ਕਿਸਾਨ ਖੇਤ ਮਜ਼ਦੂਰ ਕਰਜ਼ਈ, ਇਹ ਦੋਨੋਂ ਪਾਰਟੀਆਂ ਜ਼ਿੰਮੇਵਾਰ ਹੈ। ਦੇਅਰਫੋਰ ਨੋ ਟਰੈਕ ਵਿਦ ਦੈਮ ਐਟ ਆਲ। ਖਹਿਰਾ ਸਾਹਿਬ, ਵਿਧਾਨ ਸਭਾ ਦੇ ਵਿੱਚ ਤੁਹਾਨੂੰ ਨਵੀਂ ਜ਼ਿੰਮੇਵਾਰੀ ਹੁਣ ਪਾਰਟੀਆਂ ਦਿੱਤੀ ਹੈ, ਜੋ ਬਜਟ ਇਜਲਾਸ ਦੇ ਵਿੱਚ ਹੋਇਆ, ਬਹੁਤ ਕੁਝ ਕਿਤੇ ਨਾ ਕਿਤੇ ਜਿਹੜੇ ਆਮ ਲੋਕਾਂ ਦੇ ਮੁੱਦੇ ਵੀ ਵਿਸਾਰੇ ਗਏ ਹੋਣਗੇ, ਹੁਣ ਜਿਹੜਾ ਨੈਕਸਟ ਸੈਸ਼ਨ ਹੋਏਗਾ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਰਣਨੀਤੀ ਕਿਹੋ ਜਿਹੀ ਰਹੇਗੀ? ਬਜਟ ਇਜਲਾਸ ਦੇ ਵਿੱਚ ਖੂਬ ਹੰਗਾਮਾ ਹੋਇਆ ਸੀ। ਦੇਖੋ, ਬਜਟ ਇਜਲਾਸ ਵਿੱਚ ਸਾਡਾ ਕੋਈ ਕਸੂਰ ਨਹੀਂ ਸੀਗਾ। ਤੁਸੀਂ ਇੱਕ ਕੰਮ ਕਰੋ, ਤੁਸੀਂ ਸਾਡੀ ਪੰਜਾਬ ਦੀ ਵਿਧਾਨ ਸਭਾ ਦੀਆਂ ਸਾਰੀਆਂ ਪ੍ਰੋਸੀਡਿੰਗਸ ਲਾਈਵ ਕਰਾ ਦਿਓ, ਜਿੱਦਾਂ ਲੋਕ ਸਭਾ ਅਤੇ ਰਾਜ ਸਭਾ ਦਿਖਾਈ ਜਾਂਦੀ ਹੈ, ਤੁਹਾਨੂੰ ਆਪੇ ਲੋਕਾਂ ਨੂੰ ਪਤਾ ਲੱਗ ਜੂਗਾ ਕਿ ਕੌਣ ਕਸੂਰਵਾਰ ਆ। ਅਸਲ ਇਹ ਆ ਕਿ ਜਿਹੜੀ ਪਾਰਟੀ ਦਾ ਸਪੀਕਰ ਹੁੰਦਾ ਉਹ ਵਿਰੋਧੀ ਧਿਰ ਨੂੰ ਤਾਂ ਬੋਲਣ ਹੀ ਨਹੀਂ ਦਿੰਦਾ। ਉਹਨਾਂ ਨੇ ਇਸ ਵਾਰ ਵੀ, ਉਹਨਾਂ ਨੂੰ ਪਤਾ ਸੀਗਾ ਕਿ ਅਸੀਂ ਰੇਤਾ ਬਜਰੀ ਦੀ ਖੱਡਾਂ ਦੀ ਨਿਲਾਮੀ, ਜੋ ਰਾਣਾ ਗੁਰਜੀਤ ਸਿੰਘ ਮਾਫੀਆ ਜੋ ਉਹਨੇ ਆਪਣੇ ਇੱਕ ਨੇਪਾਲੀ ਖਾਨਸਾਮੇ ਨੂੰ ਕੰਮ ਦਵਾ ਦਿੱਤਾ, ਉਹ ਮਸਲਾ ਉੱਠਣਾ ਉੱਥੇ ਜੀ। ਔਰ ਸਾਡੇ ਵੱਡੇ ਮੁੱਦਿਆਂ ਨੂੰ ਰੋਕਣ ਦੀ ਖਾਤਰ ਉਹਨਾਂ ਨੇ ਮੈਨੂੰ ਵੀ ਸਸਪੈਂਡ ਕੀਤਾ, ਸਿਮਰਜੀਤ ਬੈਂਸ ਨੂੰ ਵੀ ਸਸਪੈਂਡ ਕੀਤਾ, ਔਰ ਬਾਅਦ ਵਿੱਚ ਸਾਡੇ ਮੈਂਬਰਸ ਨਾਲ ਮਿਸਬਿਹੇਵ ਕੀਤਾ। ਇਸ ਲਈ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅਸੀਂ ਨਾ ਤਾਂ ਸਾਡੀ ਪਾਰਟੀ ਦੇ ਲੋਕ ਕੋਈ ਬੇਵਕੂਫ ਨੇ, ਨਾ ਅਸੀਂ ਕਮਲੇ ਹਾਂ। ਜੇ ਸਾਨੂੰ ਬੋਲਣ ਦਾ, ਜੇ ਮੈਂ ਤੁਹਾਡੇ ਨਾਲ ਇੱਥੇ ਬੈਠਾ ਗੱਲ ਕਰਦਾ ਅੱਛੇ ਤਰੀਕੇ ਨਾਲ, ਤਾਂ ਮੈਂ ਪੰਜਾਬ ਦੀ ਵਿਧਾਨ ਸਭਾ 'ਚ ਕਿਉਂ ਗੱਲ ਨਹੀਂ ਕਰੂੰਗਾ? ਸਾਡੇ ਮੈਂਬਰਸ ਪੂਰੀ ਤਿਆਰੀ ਕਰਕੇ ਗਏ ਸੀਗੇ, ਲੇਕਿਨ ਅਨਫੋਰਚੁਨੇਟਲੀ ਸਪੀਕਰ ਦਾ ਬਹੁਤ ਬਾਇਸਡ ਐਟੀਟਿਊਡ, ਔਰ ਕਾਂਗਰਸ ਨੇ ਇੱਦਾਂ ਮਿਥਿਆ ਹੋਇਆ ਸੀਗਾ ਕਿ ਐਤਕੀ ਤਾਂ ਵਿਰੋਧੀ ਧਿਰ ਨੂੰ ਬੋਲਣ ਨਹੀਂ ਦਿੱਤਾ। ਉਹ ਕਾਂਗਰਸ ਜਿਹੜੀ 10 ਸਾਲ ਅਕਾਲੀ ਦਲ 'ਤੇ ਵਿਤਕਰੇ ਦਾ ਇਲਜ਼ਾਮ ਲਾਉਂਦੀ ਰਹੀ, ਮਾਫੀਆ ਦਾ ਇਲਜ਼ਾਮ ਲਾਉਂਦੀ ਰਹੀ, ਵਿਧਾਨ ਸਭਾ ਦੇ ਵਿੱਚ ਸੁੱਤੀ ਆ, ਸੌਂ ਕੇ ਪ੍ਰੋਟੈਸਟ ਕੀਤਾ, ਉਹ ਸਾਡੀ ਆਵਾਜ਼ ਨੂੰ ਜਦੋਂ ਬੰਦ ਕਰਵਾਉਂਦੇ, ਸਾਡੇ ਕੋਲ ਫਿਰ ਕੋਈ ਚਾਰਾ ਨੀਗਾ ਟੂ ਵਾਕਆਊਟ, ਟੂ ਗੋ ਟੂ ਦਾ ਵੈਲ ਆਫ ਦਾ ਹਾਊਸ, ਔਰ ਵਾਕਆਊਟ। ਕਾਂਗਰਸ ਵਾਲਿਆਂ ਨੂੰ ਪੁੱਛੋ ਕਿ ਤੁਸੀਂ ਸੈਂਕੜੇ ਵਾਕਆਊਟ ਕੀਤੇ ਪਿਛਲੇ 10 ਸਾਲ ਜਦੋਂ ਵਿਰੋਧੀ ਧਿਰ ਵਿੱਚ ਸੀ। ਇਸ ਲਈ ਅਗਰ ਸਪੀਕਰ ਸਾਹਿਬ ਸਾਨੂੰ ਬੋਲਣ ਦੇਣਗੇ
ਅਸੀਂ ਆਪਣੀ ਗੱਲ ਬਿਲਕੁਲ ਠੀਕ ਤਰੀਕੇ ਨਾਲ ਰੱਖਣ ਨੂੰ ਤਿਆਰ ਹਾਂ ਐਂਡ ਅਸੀਂ ਪੂਰੀ ਤਿਆਰੀ ਕਰਕੇ ਜਾਵਾਂਗੇ ਅਗਲੇ ਸੈਸ਼ਨ ਵਿੱਚ। ਮੈਂ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਉੱਤੇ ਵੀ ਜਾਊਂਗਾ ਖਹਿਰਾ ਸਾਹਿਬ, ਪਰ ਤੁਹਾਡੀ ਪਾਰਟੀ ਦਾ ਮੈਂ ਜ਼ਿਕਰ ਜ਼ਰੂਰ ਕਰ ਲਵਾਂ। ਨੈਕਸਟ ਪੰਜਾਬ ਦੇ ਲਈ ਕੀ ਪਲੈਨ ਹੈ? ਜ਼ਿਮਨੀ ਚੋਣਾਂ ਸਾਹਮਣੇ ਨੇ, ਗੁਰਦਾਸਪੁਰ ਲੋਕ ਸਭਾ ਦੀਆਂ, ਨਗਰ ਨਿਗਮ ਨਗਰ ਨਿਕਾਏ ਦੀਆਂ ਚੋਣਾਂ ਵੀ ਨੇ, ਕੀ ਕੁਝ ਪਲੈਨ ਇਸ ਸਮੇਂ ਆਮ ਆਦਮੀ ਪਾਰਟੀ ਪੰਜਾਬ ਇਕਾਈ ਕਰ ਰਹੀ ਹੈ? ਅਸੀਂ ਇਲੈਕਸ਼ਨ ਸਾਰੀਆਂ ਲੜਾਂਗੇ। ਅਸੀਂ ਆਪਣੇ ਆਰਗੇਨਾਈਜੇਸ਼ਨ ਸਟਰਕਚਰ ਨੂੰ ਅਸੀਂ ਰੀਸਟਰਕਚਰਿੰਗ ਕਰ ਰਹੇ ਹਾਂ, ਔਰ ਚਾਹੇ ਲੋਕ ਸਭਾ ਦੀ ਇਲੈਕਸ਼ਨ ਹੈ ਗੁਰਦਾਸਪੁਰ ਦੀ, ਚਾਹੇ ਕਾਰਪੋਰੇਸ਼ਨ ਹੈ, ਚਾਹੇ ਪੰਚਾਇਤਾਂ ਵਾ। ਪਰ ਮੈਂ ਇੱਕ ਗੱਲ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਜਿੰਨੀਆਂ ਲੋਕਲ ਬੋਡੀਜ਼ ਇਲੈਕਸ਼ਨ ਹੈ, ਪੰਚਾਇਤਾਂ ਇਲੈਕਸ਼ਨ ਨੇ, ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ, ਇਹ ਆਮ ਤੌਰ 'ਤੇ ਸਰਕਾਰਾਂ ਰਿਗ ਕਰਦੀਆਂ, ਧੱਕੇ ਨਾਲ ਜਿੱਤਦੀਆਂ, ਬੂਥ ਕੈਪਚਰਿੰਗ ਕਰਦੀਆਂ। ਸਾਡਾ ਜਿਹੜਾ ਮੁੱਖ ਨਿਸ਼ਾਨਾ ਹੈ 2019 ਦੀਆਂ ਲੋਕ ਸਭਾ ਇਲੈਕਸ਼ਨ ਦਾ। ਅਸੀਂ ਹੌਲੀ ਹੌਲੀ ਉਸ ਲਈ ਤਿਆਰ ਕਰਾਂਗੇ, ਆਪਣੀ ਪਾਰਟੀ ਨੂੰ ਵੀ ਤਿਆਰ ਕਰਾਂਗੇ, ਲੋਕਾਂ ਦੇ ਮੁੱਦੇ ਵੀ ਤਿਆਰ ਕਰਾਂਗੇ, ਜ਼ਮੀਨ 'ਤੇ ਹਰਕਤ ਕਰਾਂਗੇ, ਔਰ ਅਸੀਂ 2019 ਵਿੱਚ ਲੋਕ ਸਭਾ ਸਾਨੂੰ ਪੂਰਨ ਆਸ ਹੈ, ਕਿਉਂਕਿ ਜਿਹੜੀ ਤੇਜ਼ੀ ਨਾਲ ਕਾਂਗਰਸ ਦਾ ਗ੍ਰਾਫ ਗਿਰ ਰਿਹਾ, ਅਕਾਲੀ ਦਲ ਨੂੰ ਹਾਲੇ ਲੋਕ ਪਸੰਦ ਨਹੀਂ ਕਰਦੇ, ਡਿਸਕ੍ਰੈਡਿਟਿਡ ਪਾਰਟੀ ਆ, ਬਦਨਾਮ ਪਾਰਟੀ ਆ, ਤਾਂ ਮੈਨੂੰ ਪੂਰਨ ਆਸ ਹੈ ਕਿ ਆਮ ਆਦਮੀ ਪਾਰਟੀ ਅਗਰ ਆਪਣੇ ਏਜੰਡੇ ਨੂੰ ਠੀਕ ਕਰੇ, ਅੱਛੇ ਆਦਮੀਆਂ ਨੂੰ ਅੱਗੇ ਲੈ ਕੇ ਆਵੇ, ਔਰ ਲੋਕਾਂ ਦੀ ਲੜਾਈ ਪੂਰੀ ਡਟ ਕੇ ਲੜੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ, ਤਾਂ ਅਸੀਂ 2019 ਵਿੱਚ ਅੱਛੀਆਂ ਸੀਟਾਂ ਜਿੱਤਣ ਦੇ ਸਥਿਤੀ ਵਿੱਚ ਹੋਵਾਂਗੇ। ਖਹਿਰਾ ਸਾਹਿਬ, ਤੁਸੀਂ 2019 ਦਾ ਜ਼ਿਕਰ ਕਰ ਰਹੇ ਹੋ, ਪਰ ਮੈਂ ਜ਼ਿਮਨੀ ਚੋਣ ਦਾ ਜ਼ਿਕਰ ਕਰ ਰਿਹਾ ਗੁਰਦਾਸਪੁਰ ਦਾ। ਪਾਰਟੀ ਦੀ ਅੱਗੇ ਦੀ ਰਣਨੀਤੀ ਲੋਕਾਂ ਨੂੰ ਨਾਲ ਜੋੜਨ ਦੀ ਕੀ ਕੁਝ ਹੋ ਸਕਦੀ ਹੈ, ਕਿਉਂਕਿ ਕਿਉਂਕਿ ਮਾਝੇ ਦੇ ਵਿੱਚ ਬਹੁਤ ਜ਼ਿਆਦਾ ਸਟਰੋਂਗ ਨਹੀਂ ਸੀ, ਤੁਹਾਡੇ ਦੋ ਵੱਡੇ ਲੀਡਰ ਵੀ ਉੱਥੋਂ ਪਾਰਟੀ ਤੋਂ ਦੂਰ ਹੋਏ ਨੇ, ਗੁਰਦਾਸਪੁਰ ਵੀ ਕਿਤੇ ਨਾ ਕਿਤੇ ਟਾਰਗੇਟ 'ਚ ਤਾਂ ਹੋਏਗਾ ਤੁਹਾਡੇ? ਦੇਖੋ, ਅਸੀਂ ਗੁਰਦਾਸਪੁਰ ਅਵਸ਼ ਲੜਾਂਗੇ, ਔਰ ਅਸੀਂ ਅੱਛਾ ਕੈਂਡੀਡੇਟ, ਕੋਈ ਸਾਫ਼ ਸੁਥਰੇ ਅਕਸ ਵਾਲਾ, ਅਸੀਂ ਉਸ ਨੂੰ ਉਤਾਰਾਂਗੇ, ਔਰ ਸਾਡੀ ਪੁਰਜ਼ੋਰ ਕੋਸ਼ਿਸ਼ ਹੋਊਗੀ ਕਿ ਅਸੀਂ ਆਪਣੀ ਪਾਰਟੀ ਦੀ ਮਜ਼ਬੂਤੀ ਲਈ ਅੱਗੇ ਵਧੀਏ ਲੋਕ ਸਭਾ ਗੁਰਦਾਸਪੁਰ ਦੇ ਵਿੱਚ। ਔਰ ਸਾਨੂੰ ਪੂਰਨ ਆਸ ਹੈ ਕਿ ਜੋ ਪਰਫੋਰਮੈਂਸ ਅਸੈਂਬਲੀ ਵਿੱਚ ਸੀ ਉਹਦੇ ਨਾਲ ਅੱਛੀ ਪਰਫੋਰਮੈਂਸ ਆਮ ਆਦਮੀ ਪਾਰਟੀ ਲੋਕ ਸਭਾ ਦੇ ਵਿੱਚ ਡੈਫੀਨੇਟਲੀ ਦੇਵੇਗੀ ਜੀ। ਮੈਂ ਤੁਹਾਡੀ ਪੰਜਾਬ ਇਕਾਈ ਦਾ ਵੀ ਜ਼ਿਕਰ ਕਰ ਲਵਾਂ, ਆਲ ਇਜ਼ ਵੈਲ ਹੈ ਪ੍ਰਧਾਨ ਸਾਹਿਬ ਦੇ ਵਿਰੋਧੀ ਧਿਰ ਦੇ ਆਗੂ ਵਿਚਾਲੇ। ਵਾਈ ਨੋਟ, ਵਾਈ ਨੋਟ? ਭਗਵੰਤ ਮੇਰਾ ਛੋਟਾ ਭਰਾ ਵਾ, ਇਜ਼ ਅ ਪੋਪੂਲਰ ਲੀਡਰ ਆਫ ਦਾ ਮਾਸਿਸ ਐਂਡ ਯੂਥ ਨੂੰ ਬਹੁਤ ਇੰਸਪਾਇਰ ਕਰਦਾ ਵਾ। ਵੀ ਵਿਲ ਆਲ ਵਰਕ ਟੂਗੈਦਰ ਐਂਡ ਅਸੀਂ ਉਦਣ ਤਲਵੰਡੀ ਸਾਹਿਬੋਂ ਵੀ ਇਕੱਠੇ ਗਏ ਹਾਂ, ਹੁਣ ਉਹਨਾਂ ਦਾ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈਗਾ, ਹੀ ਇਜ਼ ਬਿਜ਼ੀ ਦੇਅਰ, ਅਦਰਵਾਈਜ਼ ਜ਼ਮੀਨ 'ਤੇ ਮੈਂ ਅਜਨਾਲੇ ਵੀ ਜਾ ਆਇਆ ਜਿੱਥੇ ਕਿਸਾਨ ਨੇ ਆਤਮ ਹੱਤਿਆ ਕੀਤੀ ਸੀ ਅਤੇ ਪੰਜਾਬ ਸਰਕਾਰ ਦੇ ਨਾਮ 'ਤੇ ਸੁਸਾਈਡ ਨੋਟ ਛੱਡਿਆ। ਅੱਜ ਮੈਂ ਚਨਾਰਥਲ ਪਿੰਡ ਜਿੱਥੇ ਫਤਿਹਗੜ੍ਹ ਸਾਹਿਬ ਮੈਂ ਪਹਿਲਾਂ ਜ਼ਿਕਰ ਕੀਤਾ ਦਵਿੰਦਰ ਸਿੰਘ ਨੇ ਆਤਮ ਹੱਤਿਆ ਕੀਤੀ, ਉੱਥੇ ਵੀ ਜਾ ਆਇਆ ਵਾਂ। ਮੈਂ ਕਪੂਰਥਲੇ ਵੀ ਜਿਹੜੇ 5 ਗਰੀਬਾਂ ਨੇ ਮਾਯੂਸ ਹੋ ਕੇ, ਇੱਕ ਟੱਬਰ ਦੇ 5 ਜੀਆਂ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰਤੀ ਸੀ, ਹੈਵਿੰਗ ਨੋ ਹੋਪ ਇਨ ਪੰਜਾਬ, ਮੈਂ ਉੱਥੇ ਵੀ ਜਾ ਆਇਆ। ਮੈਂ ਬਹੁਤ ਸਾਰੇ ਪਾਦਰੀ ਸਾਹਿਬ ਦਾ ਕਤਲ ਹੋਇਆ ਉੱਥੇ ਲੁਧਿਆਣੇ, ਮੈਂ ਉੱਥੇ ਵੀ ਜਾ ਆਇਆ। ਇਹ ਜਿੰਨੇ ਕੁ ਦਿਨ ਮੈਨੂੰ ਮਿਲੇ ਨੇ, ਆਈ ਹੈਵ ਸਟਾਰਟਡ ਆਫ ਵੈਰੀ ਕਮਿਟਿਡ ਐਂਡ ਸਟਰੋਂਗ ਐਕਟੀਵਿਟੀ ਔਨ ਦਾ ਗਰਾਊਂਡ, ਔਰ ਹੁਣ ਭਗਵੰਤ ਮਾਨ ਤੇ ਅਸੀਂ ਇਕੱਠੇ ਰੱਖੜ ਪੁੰਨਿਆ ਤੇ 7 ਤਰੀਕ ਨੂੰ ਬਾਬੇ ਬਕਾਲੇ ਨਜ਼ਰ ਆਵਾਂਗੇ। ਪਰ ਖਹਿਰਾ ਸਾਹਿਬ, ਤੁਸੀਂ ਜ਼ਰੂਰ ਜ਼ਿਕਰ ਕਰ ਰਹੇ ਹੋ ਕਿ ਵੱਖ ਵੱਖ ਥਾਵਾਂ ਉੱਤੇ ਤੁਸੀਂ ਗਏ ਹੋ, ਚਾਹੇ ਕਿਸਾਨਾਂ ਦਾ ਜ਼ਿਕਰ ਹੋਵੇ ਜਾਂ ਜੋ ਹੋਰ ਜਿਹੜੇ ਦਿੱਕਤ ਪੰਜਾਬ ਦੇ ਵਿੱਚ ਹੋਈ, ਲੁਧਿਆਣਾ ਦਾ ਵੀ ਜ਼ਿਕਰ ਕੀਤਾ। ਪਰ ਜੇਕਰ ਦੇਖਿਆ ਜਾਵੇ, ਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਇਸ ਸਮੇਂ ਵਿਧਾਨ ਸਭਾ ਦੇ ਵਿੱਚ, ਪਰ ਸਰਗਰਮ ਦੂਜੀਆਂ ਜਿਹੜੀਆਂ ਪਾਰਟੀਆਂ ਨੇ ਉਹ ਜ਼ਿਆਦਾ ਨਜ਼ਰ ਆ ਰਹੀਆਂ ਨੇ। ਅਕਾਲੀ ਦਲ ਜ਼ਬਰ ਵਿਰੋਧੀ ਲਹਿਰ ਲੈ ਕੇ ਲੋਕਾਂ ਦੇ ਵਿਚਾਲੇ ਤੁਰਿਆ ਹੋਇਆ ਹੈ, ਅਤੇ ਦੂਜੇ ਪਾਸੇ ਬੀਜੇਪੀ ਦਾ ਜੇਕਰ ਅਸੀਂ ਜ਼ਿਕਰ ਕਰੀਏ ਤਾਂ ਬੀਜੇਪੀ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਹੈੱਡਕੁਆਰਟਰਸ 'ਤੇ ਧਰਨਾ ਦਿੰਦਾ ਹੈ, ਚੰਡੀਗੜ੍ਹ ਦੇ ਵਿੱਚ ਸੀਐਮ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਕੋਸ਼ਿਸ਼ ਹੁੰਦੀ ਹੈ, ਮੁੱਦਾ ਚੁੱਕਣ ਦਾ ਜ਼ਿਆਦਾ ਸਰਗਰਮ ਨਜ਼ਰ ਆਉਂਦਾ। ਆਵਾਜ਼ ਤੁਹਾਡੀ ਆਵਾਜ਼ ਘੱਟ ਰਹੀ ਹੈ ਥੋੜ੍ਹੀ ਜਿਹੀ। ਜੀ ਜੀ, ਹੁਣ ਆ ਰਹੀ ਮੇਰੀ ਆਵਾਜ਼? ਬਿਲਕੁਲ ਸਰ, ਤੁਹਾਡੀ ਆਵਾਜ਼ ਪਹੁੰਚ ਰਹੀ, ਆਵਾਜ਼ ਆ ਰਹੀ ਮੇਰੀ? ਜੀ ਜੀ, ਹਾਂ, ਜਿਹੜੀ ਅਕਾਲੀ ਦਲ ਅਤੇ ਬੀਜੇਪੀ ਆ, ਦੋਨੋਂ ਬਹੁਤ ਬਦਨਾਮ ਪਾਰਟੀਆਂ ਨੇ। ਜਿੰਨੀ ਮਰਜ਼ੀ ਹੁਣ ਆਣ ਕੇ ਲੋਕਾਂ ਦੇ ਵਿੱਚ ਗੱਲ ਕਰਨ, ਲੋਕ ਜਾਣਦੇ ਨੇ ਕਿ ਇਹਨਾਂ ਨੇ 10 ਸਾਲ ਸਾਨੂੰ ਕੁੱਟਿਆ ਵੀ ਅਤੇ ਲੁੱਟਿਆ ਵੀ ਆ। ਹੁਣ ਸੁਖਬੀਰ ਸਿੰਘ ਬਾਦਲ ਕਹਿ ਰਿਹਾ ਜੀ ਜ਼ਬਰ ਵਿਰੋਧੀ ਲਹਿਰ ਸ਼ੁਰੂ ਕਰਾਂਗੇ। ਜਿਹੜੇ ਆਪ ਜ਼ਾਬਰ ਹੋਣ, ਜਿਹਨਾਂ ਨੇ ਕਹਿਰ ਮਚਾਇਆ ਹੋਵੇ 10 ਸਾਲ, ਜਿਹਨਾਂ ਨੇ ਝੂਠੇ ਪਰਚੇ ਦਰਜ ਕੀਤੇ ਹੋਣ, ਜਿਹਨਾਂ ਨੇ ਪੋਲੀਟੀਕਲ ਮਰਡਰਸ ਕਰਾਏ ਹੋਣ, ਮੋਗੇ ਵਰਗੇ ਇਹਨਾਂ ਦੀਆਂ ਬੱਸਾਂ ਨੇ ਗਰੀਬ ਦਲਿਤ ਲੜਕੀਆਂ ਨੂੰ ਥੱਲੇ ਬੱਸਾਂ ਦੇ ਰੌਂਦ ਕੇ ਮਾਰ ਦਿੱਤਾ ਹੋਵੇ, ਬੇਪਤੀ ਕੀਤੀ ਹੋਵੇ, ਸਾਡੀਆਂ ਜਿਹੜੇ ਬੇਰੋਜ਼ਗਾਰ ਟੀਚਰ ਸੀਗੇ ਉਹਨਾਂ ਦੀਆਂ ਚੁੰਨੀਆਂ ਲਾਈਆਂ ਹੋਣ, ਉਹਨਾਂ ਨੂੰ ਕੁੱਟਿਆ ਹੋਵੇ, ਟੈਂਕੀਆਂ ਦੇ ਨਿਆਣੇ ਚੜ੍ਹਾਏ ਹੋਣ, ਲੋਕ ਹਲੇ ਇਹਨਾਂ ਦਾ ਜ਼ਬਰ ਭੁੱਲੇ ਨਹੀਂਗੇ। ਇਸ ਲਈ ਬਾਦਲ ਸਾਹਿਬ ਨੂੰ ਤਾਂ ਮੇਰੀ ਇਹ ਰਾਏ ਆ ਕਿ ਜ਼ਬਰ ਵਿਰੋਧੀ ਦਾ ਨਾਮ ਬਦਲ ਕੇ ਕੁਛ ਹੋਰ ਕਰੋ। ਹਲੇ ਤੁਹਾਡੇ ਖਿਲਾਫ਼ ਤਾਂ ਕੋਈ ਕਾਰਵਾਈ ਨਹੀਂ ਹੋਈ, ਤੁਸੀਂ ਇੱਕਦਮ ਇੰਨਾ ਚੀਕਣ ਲੱਗ ਗਏ ਹੋ। ਅਸੀਂ ਦੇਖੋ ਇੱਥੇ 10 ਸਾਲ ਪੰਜਾਬ ਦੇ ਲੋਕਾਂ ਦੀ ਹਿੱਤ ਵਾਸਤੇ ਲੜੇ, 6 ਮੁਕੱਦਮੇ ਮੇਰੇ 'ਤੇ ਝੂਠੇ ਦਰਜ ਹੋਏ ਸੀਗੇ,
ਇਸ ਲਈ ਇਹ ਜਬਰ ਵਿਰੋਧੀ ਲਹਿਰ ਨਹੀਂ, ਇਹ ਐਵੇਂ ਇਹਨਾਂ ਦੀ ਕੋਈ ਫਰਜ਼ੀ ਜੀ ਲਹਿਰ ਹੈ। ਜੇ ਜਬਰ ਦਾ ਨਾਮ ਲੈਣਾ ਪਹਿਲਾਂ ਅਕਾਲ ਤਖ਼ਤ ਸਾਹਿਬ ਤੇ ਜਾਣ ਸਾਰਾ ਬਾਦਲ ਦਾ ਪਰਿਵਾਰ, ਪੰਜਾਬ ਦੇ ਲੋਕਾਂ ਦੇ ਕੋਲੋਂ ਮਾਫ਼ੀ ਮੰਗੋ, ਫਿਰ ਆਪਣੀ ਕਿਸੇ ਲਹਿਰ ਦਾ ਨਾਮ ਇਸ ਤਰ੍ਹਾਂ ਰੱਖਣ ਦੀ ਗੱਲ ਕਰੋ। ਬੀਜੇਪੀ ਦੋਨੋਂ ਪਾਰਟੀਆਂ ਇੱਕੋ ਥੈਲੀ ਦੀਆਂ ਚੱਟੇ ਵੱਟੀਆਂ, ਦੋਨੋਂ ਭਾਈਵਾਲ ਸੀ। ਅਗਰ ਅਕਾਲੀ ਦਲ ਨੇ ਲੁੱਟ ਘਸੁੱਟ ਕੀਤੀ ਤਾਂ ਬੀਜੇਪੀ ਚੁੱਪ ਰਹੀ ਆ, ਬੀਜੇਪੀ ਨੇ ਵੀ ਲੁੱਟਿਆ ਪੰਜਾਬ ਦੇ ਲੋਕਾਂ ਨੂੰ। ਇਸ ਲਈ ਹੁਣ ਦਿਖਾਵਾ ਕਰਕੇ ਧਰਨੇ ਮਾਰ ਕੇ, ਆਈ ਡੋਂਟ ਥਿੰਕ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੋਨਾਂ ਪਾਰਟੀਆਂ 'ਤੇ ਕੋਈ ਯਕੀਨ ਹੈ। ਹਾਂ, ਇਹ ਅਮੀਰ ਪਾਰਟੀਆਂ ਨੇ, ਇਹਨਾਂ ਕੋਲ ਪੈਸਾ ਬਹੁਤ ਆ, ਇਹ ਬਹੁਤ ਕੁਛ ਦਿਖਾ ਸਕਦੇ ਲੋਕਾਂ ਨੂੰ, ਲੇਕਿਨ ਅੰਦਰ ਇਹਨਾਂ ਦੇ ਜੋ ਪੰਜਾਬ ਦੇ ਲੋਕਾਂ ਦਾ ਦਰਦ ਆ ਉਹ ਬਿਲਕੁਲ ਨਹੀਂ ਆ। ਚਲੋ, ਤੁਸੀਂ ਅਕਾਲੀ ਬੀਜੇਪੀ ਦਾ ਜ਼ਿਕਰ ਕਰ ਰਹੇ ਹੋ, ਮੈਂ ਉਸ ਉੱਤੇ ਵੀ ਆਊਂਗਾ, ਪਰ ਜਿਹੜਾ ਇੱਕ ਬਹੁਤ ਮੁੱਖ ਮੁੱਦਾ ਇਸ ਸਮੇਂ ਪੰਜਾਬ ਦੇ ਵਿੱਚ, ਕਿਸਾਨੀ ਦਾ ਮੁੱਦਾ, ਲਗਾਤਾਰ ਖੁਦਕੁਸ਼ੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਕਿਉਂਕਿ ਸਮੱਸਿਆ ਕੀ ਆ ਸਾਹਮਣੇ ਨਜ਼ਰ ਆਉਂਦੀ ਹੈ। ਆਵਾਜ਼ ਪਹੁੰਚ ਰਹੀ ਹੈ ਖੈਰਾ ਸਾਹਿਬ ਮੇਰੀ? ਤੁਹਾਡੀ ਆਵਾਜ਼ ਘੱਟ ਰਹੀ ਸੀ ਜੀ, ਹੁਣ ਪਹੁੰਚ ਰਹੀ ਹੈ? ਹਾਂ, ਹੁਣ ਠੀਕ ਹੈ। ਠੀਕ ਹੈ, ਮੇਰਾ ਜਿਹੜਾ ਅਗਲਾ ਸਵਾਲ ਹੈ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਹੈ। ਇਸ ਸਮੇਂ ਕਿਸਾਨਾਂ ਦੇ ਹਾਲਾਤ ਕੀ ਨੇ ਉਹ ਸਮਝਿਆ ਜਾ ਸਕਦਾ, ਪਰ ਜੇਕਰ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਤਾਂ ਫਿਰ ਆਮ ਆਦਮੀ ਪਾਰਟੀ ਕੋਲ ਕੀ ਰੋਡ ਮੈਪ ਸੀ ਕਿਸਾਨਾਂ ਨੂੰ ਇਸ ਹਾਲਾਤ ਦੇ ਵਿੱਚੋਂ ਕੱਢਣ ਦੇ ਲਈ? ਜੇ ਸੁਖਪਾਲ ਖਹਿਰਾ ਸਭ ਤੋਂ ਵੱਡੀ ਕੁਰਸੀ 'ਤੇ ਬੈਠੇ ਹੁੰਦੇ ਤਾਂ ਉਹਨਾਂ ਦੇ ਕੋਲ ਕੀ ਰੋਡ ਮੈਪ ਸੀ ਇਹਨਾਂ ਕਿਸਾਨਾਂ ਦੇ ਲਈ? ਵੈਸੇ ਸਵਾਲ ਤਾਂ ਥੋੜ੍ਹਾ ਹਾਈਪੋਥੈਟੀਕਲ ਹੈ, ਪਰ ਫਿਰ ਵੀ ਮੈਂ ਥੋੜ੍ਹਾ ਜਿਹਾ ਜਾਣਕਾਰੀ ਦੇਣਾ ਚਾਹੁੰਦਾ ਵਾਂ ਕਿ ਦੇਖੋ, ਪੰਜਾਬ ਐਗਰੀਕਲਚਰ ਸਟੇਟ ਹੈ, 70% ਪੰਜਾਬ ਦੀ ਇਕੋਨਮੀ ਪੇਂਡੂ ਅਤੇ ਕਸਬਿਆਂ ਦੀ ਖੇਤੀ 'ਤੇ ਟਿਕੀ ਹੋਈ ਹੈ। ਬਹੁਤ ਅਰਸੇ ਤੋਂ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਭਾਅ ਠੀਕ ਨਹੀਂ ਮਿਲੇ, ਜਿਸ ਕਰਕੇ ਉਹਨਾਂ ਦੇ ਕਰਜ਼ਾ ਵੱਧ ਗਿਆ, ਜਿਸ ਕਰਕੇ ਆਤਮ ਹੱਤਿਆ, ਔਰ ਜਿਸ ਕਰਕੇ ਨਸ਼ੇ ਵੀ ਨੇ ਪੰਜਾਬ ਦੇ ਵਿੱਚ। ਮੇਰਾ ਇਹ ਮੰਨਣਾ ਵਾ ਕਿ ਸਭ ਤੋਂ ਜ਼ਿਆਦਾ ਫੋਕਸ ਐਗਰੀਕਲਚਰ 'ਤੇ ਚਾਹੀਦਾ ਸੀ। ਕਿਸੇ ਗੌਰਮੈਂਟ ਨੇ ਸਾਡੀਆਂ ਫਸਲਾਂ ਦੀ ਮਾਰਕੀਟ ਅਰੇਂਜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਪੰਜਾਬ ਵਿੱਚ ਹੁਣ ਇਸ ਵੇਲੇ ਸਿਰਫ ਕਣਕ ਝੋਨਾ ਦਾ ਲੋਕ ਫਸੇ ਹੋਏ ਨੇ, ਕਿਉਂਕਿ MSP ਇਹਨਾਂ ਫਸਲਾਂ ਦੀ ਆ। ਅਸੀਂ ਮੱਕੀ, ਦਾਲਾਂ, ਫਲ, ਫਰੂਟ, ਸਬਜ਼ੀਆਂ, ਅਸੀਂ ਸਭ ਕੁਛ ਉਗਾ ਸਕਦੇ, ਇੱਥੋਂ ਤੱਕ ਕਿ ਓਲਿਵ ਵੀ ਪੈਦਾ ਕਰ ਸਕਦਾ ਪੰਜਾਬ, ਆਲੂ ਪੈਦਾ ਕਰ ਸਕਦਾ, ਗੰਨਾ ਪੈਦਾ ਕਰ ਸਕਦਾ, ਮੂੰਗਫਲੀ ਪੈਦਾ ਕਰ ਸਕਦਾ, ਲੇਕਿਨ ਕਿਸੇ ਨੇ ਮਾਰਕੀਟ ਨਹੀਂ ਲੱਭੀ। ਜਿੰਨੇ ਮਿਨਿਸਟਰ ਬਣਦੇ ਰਹੇ ਐਗਰੀਕਲਚਰ, ਭ੍ਰਿਸ਼ਟਾਚਾਰ ਅਤੇ ਕੀੜੇ ਮਾਰ ਅਤੇ ਜਿਹੜੀਆਂ ਦੂਜੇ ਦਵਾਈਆਂ ਵਾਲੀਆਂ ਕੰਪਨੀਆਂ ਉਹਨਾਂ ਕੋਲ ਕਮਿਸ਼ਨ ਭਾਲਦੇ ਰਹੇ ਨੇ। ਜੇ ਪੰਜਾਬ ਦੀ ਸਰਕਾਰ ਪੰਜਾਬ ਨੂੰ ਜ਼ੋਨਾਂ, ਵੱਖ ਵੱਖ ਜ਼ੋਨਾਂ 'ਚ ਵੰਡੇ ਔਰ ਵੱਖ ਵੱਖ ਫਸਲੀ ਚੱਕਰ, ਇੱਕ ਜਗ੍ਹਾ 'ਤੇ ਕਣਕ ਝੋਨਾ, ਇੱਕ ਜਗ੍ਹਾ 'ਤੇ ਗੰਨਾ, ਇੱਕ ਜਗ੍ਹਾ 'ਤੇ ਆਲੂ ਦਾ ਸਾਈਕਲ, ਫਲ ਅਤੇ ਫਰੂਟ ਅਤੇ ਸਬਜ਼ੀਆਂ, ਅਗਰ ਇਹਨਾਂ ਨੂੰ ਜ਼ੋਨ 'ਚ ਵੰਡ ਕਰਕੇ ਇਹਦੀ ਮਾਰਕੀਟ, ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਸਾਰਾ ਮਿਡਲ ਈਸਟ, ਜਿਹੜਾ ਸਾਊਦੀ ਅਰੇਬੀਆ ਕੀ, UAE ਕੀ, ਸਾਰੇ ਇੱਕ ਦਾਣਾ ਉੱਥੇ ਆਨੰਦਾ ਨਹੀਂ ਹੁੰਦਾ, ਸਾਰੇ ਅਫਰੀਕਾ ਤੋਂ ਮੰਗਵਾਉਂਦੇ ਨੇ। ਇਸੇ ਤਰ੍ਹਾਂ ਹੀ ਪਾਕਿਸਤਾਨ ਤੋਂ ਅੱਗੇ ਜਿਹੜਾ ਸੈਂਟਰਲ ਏਸ਼ੀਆ ਹੈ, ਚਾਹੇ ਅਫਗਾਨਿਸਤਾਨ, ਚਾਹੇ ਇਰਾਨ, ਚਾਹੇ ਮੰਗੋਲੀਆ, ਇਹਨਾਂ ਕੋਲ ਕੁਛ ਨਹੀਂ ਹੁੰਦਾ, ਇਹ ਆਪਣਾ ਸਾਰਾ ਸਮਾਨ ਲੈਟਿਨ ਅਮੈਰੀਕਾ, ਬ੍ਰਾਜ਼ਿਲ ਅਤੇ ਅਰਜਨਟੀਨਾ ਕੋਲੋਂ ਮੰਗਵਾਉਂਦੇ ਨੇ। ਅਤੇ ਜੇ ਪੰਜਾਬ ਪੈਦਾ ਕਰੇ, ਇਹਨਾਂ ਮਾਰਕੀਟਸ ਨੂੰ ਐਕਸਪਲੋਰ ਕਰੇ ਅਤੇ ਲੋਕਾਂ ਨੂੰ ਕਹੇ ਕਿ ਤੁਹਾਡੀ ਅਸੀਂ ਫਸਲ ਅਵਸ਼ ਖਰੀਦਾਂਗੇ। ਪੰਜਾਬ ਦੇ ਲੋਕ ਸਭ ਕੁਛ ਕਰਨਾ ਜਾਣਦੇ ਨੇ, ਮਾਈਕਰੋ ਫਾਰਮਿੰਗ, ਗ੍ਰੀਨ ਹਾਊਸਿਸ, ਸਭ ਕੁਛ ਕੀਤਾ ਜਾ ਸਕਦਾ, ਫੁੱਲ ਉਗਾਏ ਜਾ ਸਕਦੇ ਨੇ। ਪਰ ਉਹ ਕਹਿੰਦੇ ਨੇ ਅੰਗਰੇਜ਼ੀ 'ਚ, ਵੈਨ ਦੇਰ ਇਜ਼ ਅ ਵਿਲ ਦੇਰ ਇਜ਼ ਅ ਵੇ, ਕਿਸੇ ਵਿੱਚ ਇੱਛਾ ਸ਼ਕਤੀ ਹੈ ਨਹੀਂ ਸੀਗੀ ਕਿ ਅਸੀਂ ਕੁਛ ਪੰਜਾਬ ਦੇ ਲੋਕਾਂ ਦੇ ਖੇਤੀ ਦਾ ਸੁਧਾਰ ਕਰ ਸਕੀਏ। ਖਹਿਰਾ ਸਾਹਿਬ, ਕਰਜ਼ ਮਾਫ਼ੀ ਕੋਈ ਹੱਲ ਨਹੀਂ? ਕਰਜ਼ ਮਾਫ਼ੀ ਤਾਂ ਤੁਹਾਡੀ ਪਾਰਟੀ ਵੀ ਲਗਾਤਾਰ ਮੰਗ ਰੱਖਦੀ ਹੈ ਕਿ ਸਰਕਾਰ ਆਪਣਾ ਵਾਅਦਾ ਪੂਰਾ ਕਰੇ। ਇਹ ਟੈਂਪਰੇਰੀ ਹੱਲ ਹੈ ਜੀ। ਔਰ ਕਾਂਗਰਸ ਦਾ ਮੈਂ ਗੱਲ ਕਰਾਂ ਕਿ ਕਹਿੰਦੇ ਸੀਗੇ ਕਿ ਅਸੀਂ ਕੁੱਲ ਕਰਜ਼ਾ ਮਾਫ਼ ਕਰਾਂਗੇ, ਅਤੇ ਹੁਣ ਆ ਗਏ ਨੇ 5 ਏਕੜ ਤੋਂ ਥੱਲੇ ਕਿਸਾਨ ਦਾ, ਔਰ ਉਹ ਕਹਿੰਦੇ 2 ਲੱਖ ਤੋਂ ਜ਼ਿਆਦਾ ਨਹੀਂ ਉੱਤੇ ਦੇਵਾਂਗੇ। ਮੇਰੀ ਤਾਂ ਸਗੋਂ ਅੱਜ ਜਿੱਦਾਂ ਦਾ ਵਾਤਾਵਰਣ ਹੈ ਜੀ, ਕਿਸਾਨਾਂ ਨੇ ਆਤਮ ਹੱਤਿਆ ਜ਼ਿਆਦਾ ਕਰਨੀਆਂ ਸ਼ੁਰੂ ਕਰਤੀਆਂ, ਕਿਉਂਕਿ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਇਸ ਲੋਨ ਵੇਵਰ 'ਤੇ ਕੋਈ ਭਰੋਸਾ ਨਹੀਂ ਗਾ। ਇੱਕ ਕਿਸਾਨ ਨੇ ਤਾਂ, ਮੇਜਰ ਸਿੰਘ ਨੇ, ਤੇੜਾ ਕਲਾਂ ਪਿੰਡ ਅਜਨਾਲਾ, ਉਹਨੇ ਤਾਂ ਆਪਣੇ ਨੋਟ ਦੇ ਵਿੱਚ ਕੈਪਟਨ ਅਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਲਿਆ ਆਪਣੀ ਸੁਸਾਈਡ ਦਾ। ਇਸ ਲਈ ਮੇਰਾ ਇਹ ਮੰਨਣਾ ਕਿ ਪੰਜਾਬ ਸਰਕਾਰ ਨੂੰ ਹੁਣ 1 ਸਾਲ ਵਾਸਤੇ ਜਿੰਨੇ ਲੋਨਸ ਦੀ ਰਿਕਵਰੀ, ਉਹਦੇ 'ਤੇ ਮੋਰੇਟੇਰੀਅਮ ਲਾਉਣਾ ਚਾਹੀਦਾ ਵਾ, ਰੋਕ ਲਾਉਣੀ ਚਾਹੀਦੀ। ਕਰਨਾਟਕਾ ਨੇ ਕੀਤਾ ਸੀ 2013 'ਚ, ਜਦੋਂ ਉੱਥੇ ਬਹੁਤ ਵੱਡਾ ਸੋਕਾ ਪਿਆ, ਕਰਨਾਟਕਾ ਦੀ ਕੈਬਨਿਟ ਨੇ ਫੈਸਲਾ ਲਿਆ ਕਿ 1 ਸਾਲ ਕਿਸੇ ਕਿਸਾਨ ਦੇ ਕੋਲੋਂ ਕੋਈ ਕਰਜ਼ਾ ਰਿਕਵਰੀ ਨਹੀਂ ਹੋਵੇਗੀ। ਉਹਦੇ ਨਾਲ ਕਿਸਾਨਾਂ ਨੂੰ ਵੀ ਸਾਹ ਆਵੇਗਾ, ਅਤੇ ਪੰਜਾਬ ਸਰਕਾਰ ਵੀ ਠੰਡੇ ਦਿਮਾਗ ਨਾਲ ਸੋਚ ਕੇ ਕਿੱਦਾਂ ਡਾਇਵਰਸੀਫਾਈ ਕਰਨਾ, ਕ੍ਰੋਪਸ ਨੂੰ ਕੀ ਕੁਛ ਅਸੀਂ ਕਰਨਾ, ਸਭ ਕੁਛ ਕੀਤਾ ਜਾ ਸਕਦਾ। ਇਸ ਮਕਸਦ ਨਾਲ ਮੈਂ ਅਗਲੇ ਹਫ਼ਤੇ ਆਮ ਆਦਮੀ ਪਾਰਟੀ ਦੇ MLAs ਨੂੰ ਨਾਲ ਲੈ ਕੇ ਗਵਰਨਰ ਨੂੰ ਮਿਲਾਂਗੇ, ਚੀਫ ਮਿਨਿਸਟਰ ਸਾਹਿਬ ਨੂੰ ਚਿੱਠੀ ਲਿਖਾਂਗੇ ਕਿ 3 ਦਿਨ ਦਾ ਇੱਕ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ
ਕੱਲਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਆਤਮ ਹੱਤਿਆ ਤੇ ਜੋ ਕਰਜ਼ਾ ਚੜ ਗਿਆ ਪੰਜਾਬ ਦੇ ਕਿਸਾਨੀ ਦੇ ਉੱਤੇ ਉਹਦੇ ਤੇ ਬਹਿਸ ਕਰਾਈ ਜਾਵੇ, ਸਭ ਦੀਆਂ ਰਾਏ ਲਈ ਜਾਣ, ਕੰਸੈਂਸਸ ਬਣਾ ਕੇ ਪੰਜਾਬ ਦੇ ਕਿਸਾਨ ਲਈ ਕੋਈ ਹੱਲ ਲੱਭਿਆ ਜਾਵੇ। ਖੈਰਾ ਸਾਹਿਬ, 2 ਲੱਖ ਦਾ ਜਿਹੜਾ ਕਰਜ਼ ਮੁਆਫੀ ਦਾ ਐਲਾਨ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਸਰਕਾਰ ਦੇ ਵੱਲੋਂ, ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨਾਂ ਦੇ ਲਈ ਪਹਿਲਾ ਸਟੈਪ ਇਸ ਨੂੰ ਦੇਖਿਆ ਜਾਵੇ? ਆਮ ਆਦਮੀ ਪਾਰਟੀ ਪਹਿਲਾ ਸਟੈਪ ਵੀ ਨਹੀਂ ਮੰਨਦੀ ਇਸ ਨੂੰ? ਨਹੀਂ ਨਹੀਂ ਕੁਛ ਨਹੀਂ ਗਾ ਜੀ, ਉਹ ਤਾਂ ਬਿਲਕੁਲ ਡਰਾਮਾ ਵਾ। ਔਰ ਤੁਸੀਂ ਦੇਖ ਲੈਣਾ ਕਿ 2 ਲੱਖ ਵੀ ਇਹਨਾਂ ਨੇ ਛੋਟੇ ਕਿਸਾਨ ਨੂੰ ਵੀ ਨਹੀਂ ਦੇਣਾ। ਹੁਣ ਸ਼ਰਤਾਂ ਲਾਉਣ ਲੱਗ ਗਏ ਨੇ ਕਿ ਜੇ ਕਿਸੇ 4 ਮੈਂਬਰਸ ਨੇ ਅਤੇ 5-5 ਏਕੜ ਦੀ ਉਹਨਾਂ ਦਾ ਰਕਬਾ ਚਾਰਾਂ ਦੇ ਕੋਲ ਆ, ਉਹ ਨਹੀਂ ਆਉਂਦੇ ਇਸ ਪੈਕੇਜ ਥੱਲੇ। ਜੇ ਕੋਈ ਸਰਕਾਰੀ ਮੁਲਾਜ਼ਮ ਆ, ਭਾਵਾਂ 5 ਭਰਾ ਨੇ, 1 ਸਰਕਾਰੀ ਮੁਲਾਜ਼ਮ ਹੈ, ਉਹ ਪੈਕੇਜ 'ਚ ਨਹੀਂ ਆਉਂਦਾ। ਇਸ ਲਈ ਇਹ ਤੁਸੀਂ ਸਮਾਂ ਦੇਖ ਲੈਣਾ ਕਿ ਇਹ ਪੈਕੇਜ ਦਾ 0 ਇੰਪੈਕਟ ਆ। ਇਸ ਲਈ ਤਾਂ ਕਿਸਾਨ ਆਤਮ ਹੱਤਿਆ ਜ਼ਿਆਦਾ ਅੱਗੇ ਨੂੰ ਵੱਧ ਗਈਆਂ ਨੇ ਪੰਜਾਬ ਦੇ ਵਿੱਚ। ਚਲੋ, ਕਿਸਾਨਾਂ ਨਾਲ ਜੁੜਿਆ ਮੇਰਾ ਇੱਕ ਹੋਰ ਸਵਾਲ ਹੈ। ਕੁਝ ਬੈਂਕਾਂ ਦੇ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਕਿ ਕੁਝ ਬੈਂਕਾਂ ਦੇ ਵੱਲੋਂ ਜਿਹੜੇ ਡਿਫਾਲਟਰ ਕਿਸਾਨ ਨੇ ਉਹਨਾਂ ਦੀਆਂ ਤਸਵੀਰਾਂ ਲਗਾ ਦਿੱਤੀਆਂ ਗਈਆਂ ਬੈਂਕ ਦੇ ਵਿੱਚ ਕਿ ਇਹ ਡਿਫਾਲਟਰ ਕਿਸਾਨ ਨੇ। ਲਾਜ਼ਮੀ ਤੌਰ 'ਤੇ ਜਲੀਲ ਕਰਨ ਦੀ ਇੱਕ ਤੁਸੀਂ ਕੋਸ਼ਿਸ਼ ਕਹਿ ਸਕਦੇ ਹੋ। ਇਸ ਦੇ ਲਈ ਆਮ ਆਦਮੀ ਪਾਰਟੀ ਕੁਝ ਕਰਨ ਜਾ ਰਹੀ ਹੈ? ਕੱਲ ਹੀ ਸਾਡੇ ਇਹ ਧਿਆਨ ਵਿੱਚ ਆਇਆ ਵਾ, ਇਹ ਬਹੁਤ ਸ਼ਰਮਨਾਕ ਗੱਲ ਹੈ ਬੈਂਕਾਂ ਵਾਸਤੇ। ਮੈਂ ਬੈਂਕਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਿਹੜੇ ਤੁਸੀਂ ਬੈਡ ਡੈਟਸ, ਜਿਹੜੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਅਮੀਰ ਆਦਮੀਆਂ ਦੇ, ਕਿਉਂਕਿ ਮੈਂ ਇੰਡੀਅਨ ਐਕਸਪ੍ਰੈਸ ਪੜ੍ਹ ਰਿਹਾ, ਸੁਪਰੀਮ ਕੋਰਟ ਵਿੱਚ ਕੇਸ ਆਇਆ ਹੋਇਆ, ਸ਼ਾਇਦ 1 ਦਰਜਨ ਘਰਾਣਿਆਂ ਦਾ 2.25 ਲੱਖ ਕਰੋੜ ਰੁਪਇਆ ਬੈਡ ਡੈਟ ਹੈ, ਮਾੜਾ ਕਰਜ਼ਾ ਵਾ। ਉਹਨਾਂ ਦੀਆਂ ਫੋਟੋਆਂ ਦਾ ਕੋਈ ਲਾਉਂਦਾ ਨਹੀਂ ਗਾ, ਤਾਕਤਵਰ ਬੰਦਿਆਂ ਦੀਆਂ। ਅਤੇ ਜਿਹਨਾਂ ਨੇ 2-3 ਲੱਖ ਰੁਪਇਆ ਲਾਇਆ, ਗਰੀਬ ਆਦਮੀਆਂ ਨੇ, ਜਿਹਨਾਂ ਦੀਆਂ 10 ਉਂਗਲਾਂ ਇਹਨਾਂ ਨੇ ਸਾਈਨ ਕਰਵਾਏ ਨੇ, ਕਾਗਜ਼ਾਂ ਦੇ ਉੱਤੇ ਮੋਹਰਾਂ ਲਵਾਈਆਂ, ਉਹਨਾਂ ਦੀਆਂ ਫੋਟੋਆਂ ਟੰਗ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ, ਉਹਨਾਂ ਦੀ ਸਮਾਜਿਕ ਬੇਇੱਜ਼ਤੀ ਕੀਤੀ ਜਾ ਰਹੀ ਆ। ਦਿਸ ਥਿੰਗ ਸ਼ੁੱਡ ਸਟੋਪ ਇਮੀਡੀਏਟਲੀ, ਐਂਡ ਅਸੀਂ ਆਪਣੀ ਪਾਰਟੀ 'ਚ ਰਾਏ ਕਰਕੇ ਵੀ ਵਿਲ ਡੈਫੀਨੇਟਲੀ ਗੋ ਰੀਚ ਆਊਟ ਟੂ ਦਾ ਬੈਂਕਸ ਜਿਹੜੇ ਇਸ ਤਰ੍ਹਾਂ ਦੀਆਂ ਫੋਟੋਆਂ ਲਾ ਕੇ ਸਾਡੇ ਕਿਸਾਨਾਂ ਦੀਆਂ ਜਾਂ ਖੇਤ ਮਜ਼ਦੂਰਾਂ ਦੀ ਤੋਹੀਨ ਅਤੇ ਬੇਇੱਜ਼ਤੀ ਕਰ ਰਹੀਆਂ ਨੇ। ਮੈਂ ਅਗਲੇ ਇਸ਼ੂ 'ਤੇ ਪਹੁੰਚਾਂ। ਕਿਸਾਨਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਪਰ ਇੱਕ ਹੋਰ ਬਹੁਤ ਵੱਡੀ ਸਮੱਸਿਆ ਵਿਧਾਨ ਸਭਾ ਚੋਣਾਂ ਦੇ ਵਿੱਚ ਮੁੱਦਾ ਵੀ ਬਹੁਤ ਗੁੰਜਿਆ ਸੀ, ਡਰੱਗਸ ਦਾ। SDF ਸੂਬਾ ਸਰਕਾਰ ਦੇ ਵੱਲੋਂ ਬਣਾਈ ਗਈ ਹੈ, ਰਿਕਵਰੀਜ਼ ਵੱਖ ਵੱਖ ਥਾਵਾਂ ਤੋਂ ਹੋਈਆਂ ਨੇ, ਤੁਹਾਡਾ ਰਿਐਕਸ਼ਨ ਚਾਹੂੰਗਾ। ਸੰਤੁਸ਼ਟੀ ਨਜ਼ਰ ਆਉਂਦੀ ਹੈ ਜਾਂ ਤੁਹਾਨੂੰ ਲੱਗਦਾ ਕਿ ਹਾਂ ਸਹੀ ਦਿਸ਼ਾ 'ਚ ਵੱਧ ਰਹੀ ਹੈ ਸਰਕਾਰ ਅਗੇਂਸਟ ਡਰੱਗ? ਦੇਖੋ, ਐਂ ਲੱਗੂਗਾ ਕਿ ਮੈਂ ਹਰ ਗੱਲ ਦੀ ਨਿਖੇਧੀ ਕਰ ਰਿਹਾ, ਪਰ ਅਸਲ ਜ਼ਮੀਨੀ ਹਕੀਕਤ ਕੀ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਬਣੀ, ਥੋੜ੍ਹਾ ਸਮਾਂ ਲੋਕ ਡਰੇ ਸੀ ਡਰੱਗ ਮਾਫੀਆ ਅਤੇ ਲੋਕ ਡਰੱਗਸ ਵਾਲੇ, ਲੇਕਿਨ ਹੁਣ ਬਿਲਕੁਲ ਯਕੀਨ ਰੱਖਣਾ ਕਿ ਹਰ ਕਿਸਮ ਦਾ ਡਰੱਗ ਅਵੇਲੇਬਲ ਹੈ। ਹੋ ਸਕਦਾ ਥੋੜ੍ਹਾ ਮਹਿੰਗਾ ਅਵੇਲੇਬਲ ਹੋਵੇ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹ ਕਾਂਗਰਸ ਦੇ MLA ਸੁਰਜੀਤ ਸਿੰਘ ਧਮਾਨ ਨੇ ਸ਼ਹੀਦ ਊਧਮ ਸਿੰਘ ਦੇ ਫੰਕਸ਼ਨ 'ਤੇ ਜਨਤਕ ਤੌਰ 'ਤੇ ਕਹੀ। ਭਾਵਾਂ ਹੁਣ ਉਹਨੂੰ ਡਰਾ ਲੈਣ, ਉਹਦਾ ਮੂੰਹ ਬੰਦ ਕਰਾ ਲੈਣ, ਲੇਕਿਨ ਉਹਨੇ ਕਹਿਤਾ ਕਿ 15 ਕੁ ਦਿਨ ਲੋਕਾਂ ਨੂੰ ਡਰ ਰਿਹਾ ਸੀਗਾ। ਹੁਣ ਤੁਸੀਂ ਕਿਸੇ ਕਿਸਮ ਦਾ ਚਿੱਟਾ ਹਰ ਪੰਜਾਬ ਦੇ ਗਲੀ ਕੁੱਚੇ ਤੋਂ ਲੱਭ ਸਕਦਾ। ਇਹ ਕਾਂਗਰਸ ਦੇ MLA ਦੀ ਸਟੇਟਮੈਂਟ ਆਪਣੇ ਆਪ ਵਿੱਚ ਡਰੱਗਸ ਦੀ ਸਥਿਤੀ ਦੱਸਦੀ। ਔਰ ਦੂਜਾ ਮੇਰਾ ਮੰਨਣਾ ਕਿ ਡਰੱਗਸ ਇਕੱਲੇ ਪੁਲਿਸ ਐਕਸ਼ਨ ਨਾਲ ਖਤਮ ਨਹੀਂ ਹੋ ਸਕਦੇ। ਐਂ ਤਾਂ ਸੁਖਬੀਰ ਬਾਦਲ ਨੇ 25,000 ਜਿਹੜਾ ਲਾਚਾਰ ਬੇਬਸ 2-2, 1-1 ਗ੍ਰਾਮ ਵਾਲੇ ਜਿਹੜੇ ਪੈਟੀ ਐਡਿਕਟ ਸੀਗੇ, ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਛੁੱਟਤਾ ਸੀਗਾ। ਅਮਰਿੰਦਰ ਸਿੰਘ ਜੀ ਉਸੇ ਲਾਈਨ 'ਤੇ ਕਹਿੰਦੇ ਜੀ ਅਸੀਂ 4800 ਪਰਚਾ ਦਰਜ ਕਰਤਾ। ਇਹ ਤਾਂ ਖਤਮ ਹੋਣੇ ਡਰੱਗਸ ਜਿੱਦਣ ਪੰਜਾਬ ਦੇ ਵਿੱਚ ਬੇਰੁਜ਼ਗਾਰ ਲੋਕਾਂ ਨੂੰ ਆਸ ਵੱਜੀ ਪੰਜਾਬ ਦੇ ਵਿੱਚ ਰੁਜ਼ਗਾਰ ਦੀ, ਜਿੱਦਣ ਕਿਸਾਨ ਪਰਿਵਾਰਾਂ ਨੂੰ ਕੋਈ ਲੱਗਿਆ ਕਿ ਸਾਨੂੰ ਖੇਤੀ ਵਿੱਚੋਂ 4 ਪੈਸੇ ਬਚ ਸਕਦੇ ਨੇ, ਸਾਡਾ ਕਰਜ਼ਾ ਲੱਥ ਸਕਦਾ, ਫਿਰ ਡਰੱਗਸ ਬਣਨੇ। ਕਿਉਂਕਿ ਡਰੱਗਸ ਇਜ਼ ਅ ਵਿਸ਼ੀਅਸ ਸਾਈਕਲ, ਇੱਕ ਵਿਸ਼ੀਅਸ ਸਾਈਕਲ ਆ ਬੇਰੁਜ਼ਗਾਰੀ ਦਾ ਅਤੇ ਕਿਸਾਨੀ ਗਿਰਦੀ ਢਹਿ ਢੇਰੀ ਹੋਈ ਕਿਸਾਨੀ ਦਾ। ਇਹ ਕੋਂਬੀਨੇਸ਼ਨ ਜਦੋਂ ਬਣਦਾ ਤਾਂ ਇੱਕ ਜਾਲ ਵਿਛਾਇਆ ਜਾਂਦਾ ਡਰੱਗਸ ਦਾ, ਜਦੋਂ ਲੋਕ ਮਾਯੂਸ ਹੋ ਗਏ, ਜਦੋਂ ਉਹਨਾਂ ਨੂੰ ਕੁਛ ਦਿਸਦਾ ਨਹੀਂ ਗਾ। ਖੁਸ਼ੀ ਨਾਲ ਕੋਈ ਡਰੱਗਸ ਨਹੀਂ ਕਰਦਾ, ਇੱਦਾਂ ਦੇ ਜਿਹੜੇ ਸਿੰਥੈਟਿਕ ਡਰੱਗਸ, ਚਿੱਟਾ, ਹੀਰੋਇਨ, ਸਮੈਕ, ਦੇ ਆਲ ਡੂ ਇਟ ਅੰਡਰ ਕੰਪਲਸ਼ਨ। ਅਗੇਨ ਤੁਸੀਂ ਕਹੋਗੇ ਹਾਈਪੋਥੈਟੀਕਲ ਕੁਐਸਚਨ ਹੈ, ਪਰ ਫਿਰ ਵੀ ਸੂਬੇ ਦੀ ਆਵਾਮ ਜ਼ਰੂਰ ਜਾਣਨਾ ਚਾਹੇਗੀ। ਤੁਸੀਂ ਬਹੁਤ ਸਾਰੇ ਤਰਕ ਦਿੱਤੇ ਨੇ ਕਿ ਖੇਤੀ ਦਾ ਜਾਂ ਕੋਈ ਵੀ ਜਿਹੜੀਆਂ ਪ੍ਰੋਬਲਮਸ ਨੇ ਉਸ ਤੋਂ ਬਾਅਦ ਉਹ ਡਰੱਗ ਵੱਲ ਵੱਧਦਾ, ਪਰ ਜੇਕਰ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਤਾਂ ਡਰੱਗਸ ਦੇ ਲਈ ਤੁਹਾਡੇ ਕੋਲ ਕੋਈ ਪਲਾਨ ਸੀ ਜੋ ਤੁਸੀਂ ਸਰਕਾਰ ਨੂੰ ਦੱਸਣਾ ਚਾਹੋ ਕਿ ਚਲੋ ਬੇਸ਼ੱਕ ਤੁਸੀਂ ਸੱਤਾ ਦੇ ਵਿੱਚ ਨਹੀਂ ਆਏ ਪਰ ਪੰਜਾਬ ਤਾਂ ਆਪਣਾ ਹੀ ਹੈ ਨਾ, ਉਹਦੇ ਲਈ ਤਾਂ ਤੁਸੀਂ ਕੁਝ ਵੀ ਸੁਜੈਸਟ ਕਰ ਸਕਦੇ ਹੋ? ਦੇਖੋ, ਮੇਰਾ ਇਹ ਮੰਨਣਾ ਵਾ ਕਿ ਤਕੜਾ ਸੁਨੇਹਾ ਦੇਣਾ ਪੈਂਦਾ ਟੂ ਵੈਨ ਯੂ ਹੈਵ ਅ ਵੈਰੀ ਫਰਮ ਮਾਇੰਡ, ਬਹੁਤ ਨਿੱਗਰ ਇੱਛਾ ਸ਼ਕਤੀ ਰੱਖੋ, ਸਭ ਕੁਝ ਕੀਤਾ ਜਾ ਸਕਦਾ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਇੱਕ ਉਦਾਹਰਣ ਦਿੰਦਾ ਕਿ ਅਮੈਰੀਕਾ ਦੇ ਵਿੱਚ ਜੋਰਜ ਬੁਸ਼ ਪ੍ਰੈਜੀਡੈਂਟ ਸੀ, ਉਹਨਾਂ ਦੀ ਇੱਕ ਲੜਕੀ ਇੱਕ ਲਿਕਰ ਸਟੋਰ 'ਤੇ ਚਲੀ ਗਈ ਫੇਕ ID ਦੇ ਨਾਲ, ਉੱਥੇ ਫੜੀ ਗਈ, ਉਹਨਾਂ ਵਾਈਨ ਦੀ ਬੋਟਲ ਲੈਣਾ ਚਾਹੁੰਦੀ ਸੀਗੀ। ਇੱਕ ਕੌਂਸਟੇਬਲ ਨੇ
ਜਦੋਂ ਜੋਰਜ ਬੁਸ਼ ਪ੍ਰੈਜ਼ੀਡੈਂਟ ਦੀ ਲੜਕੀ ਦਾ ਚਲਾਨ ਕੀਤਾ ਤੇ 32 ਕਰੋੜ ਅਮਰੀਕਨਸ ਨੂੰ ਪਤਾ ਲੱਗਿਆ, 32 ਕਰੋੜ ਨੂੰ ਅਹਿਸਾਸ ਹੋ ਗਿਆ ਕਿ ਇਸ ਮੁਲਕ ਵਿੱਚ ਤੁਸੀਂ ਕਾਨੂੰਨ ਨਹੀਂ ਤੋੜ ਸਕਦੇ। ਜੇ ਰਾਸ਼ਟਰਪਤੀ ਦੀ ਲੜਕੀ ਨੂੰ ਨਹੀਂ ਬਖਸ਼ੂਗੀ ਪੁਲਿਸ ਤਾਂ ਸਾਨੂੰ ਵੀ ਨਹੀਂ ਬਖਸ਼ੂਗੀ। ਇੱਥੇ ਡਰੱਗ ਵੱਡੇ ਮਾਫੀਆ ਨੂੰ ਫੜਨਾ ਚਾਹੀਦਾ ਸੀ, ਤਾਕਤਵਰ ਭਾਵੇਂ 10 ਬੰਦੇ ਫੜ ਕੇ ਅੰਦਰ ਦਿੰਦੇ ਤਕੜੇ, ਤਾਂ ਆਪੇ ਥੱਲੇ ਜਿਹੜਾ ਸੀਗਾ ਉਹ ਸਨਾਟਾ ਛਾ ਦੇਣਾ ਸੀਗਾ। ਫੜਿਆ ਕਿਹਨੂੰ ਜਾ ਰਿਹਾ ਵਾ? 1 ਗ੍ਰਾਮ ਵਾਲੇ, 2 ਗ੍ਰਾਮ ਵਾਲੇ, ਗਰੀਬਾਂ ਨੂੰ ਜੇਲ੍ਹਾਂ ਭਰ ਦਿੱਤੀਆਂ ਪਹਿਲਾਂ। ਦਿਸ ਇਜ਼ ਨੋਟ ਦ ਸੋਲਿਊਸ਼ਨ। ਐਂਡ ਆਲਸੋ ਵੀ ਹੈਵ ਟੂ ਜਨਰੇਟ ਇੰਪਲੋਇਮੈਂਟ, ਵੈਦਰ ਇਟ ਇਜ਼ ਫੋਰ ਇੰਡਸਟਰੀ, ਵੈਦਰ ਇਟ ਇਜ਼ ਬਾਈ ਸੈਂਡਿੰਗ ਪੀਪਲ ਅਬਰੋਡ, ਵੈਦਰ ਇਟ ਇਜ਼ ਇੰਪਰੂਵਿੰਗ ਐਗਰੀਕਲਚਰ, ਅੱਛੇ ਰੁਜ਼ਗਾਰ ਦੇ ਸਾਧਨ ਕਰੋਗੇ ਪੈਦਾ। ਕੀ ਇਸ ਤਰ੍ਹਾਂ ਦੇ ਨਸ਼ੇ ਕਿਸੇ ਵਿਕਸਿਤ ਮੁਲਕ ਵਿੱਚ ਹੁੰਦੇ ਨੇ? ਕੀ ਇਸ ਤਰ੍ਹਾਂ ਦੇ ਕਿਸੇ, ਇਸ ਤਰ੍ਹਾਂ ਕਿਸੇ ਦੀ ਜ਼ਰੂਰਤ ਹੈਗੀ ਕਿਸੇ ਵਿਕਸਿਤ ਮੁਲਕ ਦੇ ਵਿੱਚ ਨਸ਼ੇ ਏਦਾਂ ਸ਼ਰੇਆਮ ਵੇਚਦੇ ਅੱਡੇ ਲਾ ਕੇ? ਇਟ ਇਜ਼ ਹੈਪਨਿੰਗ ਬਿਕੋਜ਼ ਇਨ ਪੰਜਾਬ ਦੀ ਵਿਲ ਪਾਵਰ ਇਜ਼ ਵੈਰੀ ਵੀਕ, ਔਰ ਪੰਜਾਬ ਦੇ ਵਿੱਚ ਇੰਪਲੀਮੈਂਟੇਸ਼ਨ ਆਫ ਲਾਅ, ਕਾਨੂੰਨ ਨੂੰ ਲਾਗੂ ਕਰਨ ਦੀ ਇੱਛਾ ਸ਼ਕਤੀ ਬਹੁਤ ਕਮਜ਼ੋਰ ਆ। ਪੰਜਾਬ ਦੇ ਲੋਕ ਜਦੋਂ ਸੜਕਾਂ 'ਤੇ ਚੰਡੀਗੜ੍ਹ ਆਉਂਦੇ ਨੇ ਨਾ, ਇੱਥੇ ਹੀ ਠੀਕ ਆਪਣੇ ਆਪ ਨੂੰ ਕਰ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਚੰਡੀਗੜ੍ਹ ਵਿੱਚ ਕਿਸੇ ਨੇ ਛਡਾਉਣਾ ਨਹੀਂ ਅਤੇ ਪੰਜਾਬ ਵਿੱਚ ਸਾਨੂੰ ਕੋਈ ਫੜ ਨਹੀਂ ਸਕਦਾ। ਇਹ ਫਰਕ ਹੈ। ਖੈਰਾ ਸਾਹਿਬ, ਤੁਸੀਂ ਕਿਹਾ ਕਿ ਜੇ ਤਕੜੇ ਬੰਦੇ ਨੂੰ ਅੰਦਰ ਕਰ ਦਿੰਦੇ ਤਾਂ ਨਸ਼ੇ 'ਤੇ ਨਕੇਲ ਕਸੀ ਜਾ ਸਕਦੀ ਸੀ, ਤਕੜਿਆਂ ਤੋਂ ਭਾਵ ਜੇਕਰ ਸਮਝਾ ਸਕੋ, ਕਲੀਅਰ ਕਰ ਸਕੋ, ਕੋਈ ਨਾਮ ਜੇ ਤੁਹਾਡੇ ਜ਼ਿਹਨ 'ਚ ਹੋਵੇ। ਤਕੜਿਆਂ ਤੋਂ ਭਾਵ ਤਾਂ ਸਾਰੀਆਂ ਪਾਰਟੀਆਂ ਵਿਕਰਮ ਮਜੀਠੀਆ ਦਾ ਨਾਮ ਲੈਂਦੀਆਂ ਸੀ, ਤੇ ਕਿਉਂ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਕੀਤੀ? ਮੈਂ ਨਹੀਂ ਕਹਿੰਦਾ ਕਿ ਉਦਾਂ ਹੀ ਫੜ ਕੇ ਅੰਦਰ ਦੇ ਦਿਓ, ਬਟ ਜਿਹੜਾ ਉਹਨਾਂ ਦਾ ਰੋਲ ਆਇਆ ਸੀਗਾ, ਜਿਹੜੇ ਸੱਤਾ ਤੇ ਪਿੰਦਾ ਇੰਟਰਨੈਸ਼ਨਲ ਸਮਗਲਰਸ ਉਹਨਾਂ ਦੀ ਰਹਿਸ਼ ਤੇ ਆਣ ਕੇ ਰਹਿੰਦੇ ਸੀ, ਗੱਡੀਆਂ 'ਚ ਜਾਂਦੇ ਸੀ, ਤੁਹਾਡਾ ਨਹੀਂ ਖਿਆਲ ਕਿ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ? ਕਿਸੇ ਨੇ ਇਨਵੈਸਟੀਗੇਟ ਕੀਤਾ ਉਹਨਾਂ ਦਾ ਰੋਲ? ਇੱਕ ਪੁਲਿਸ ਆਫਿਸਰ ਫੜਿਆ ਗਿਆ ਇੱਕ ਸਬ ਇੰਸਪੈਕਟਰ ਲੈਵਲ ਦਾ, ਤੁਹਾਡਾ ਕੀ ਖਿਆਲ ਹੈ ਕਿ ਇੱਕ ਸਬ ਇੰਸਪੈਕਟਰ ਦੇ ਕੋਲ ਸੀਗਾ ਗੈਰ ਕਾਨੂੰਨੀ ਹਥਿਆਰ ਤੇ ਨਸ਼ਾ? ਉਹਦੀ ਪੂਰੀ ਚੇਨ ਉੱਤੇ ਤੱਕ ਸੀਗੀ, ਲੇਕਿਨ ਇਨਵੈਸਟੀਗੇਸ਼ਨ ਉੱਥੇ ਹੀ ਰੁਕ ਗਈ। ਇਸ ਲਈ ਮੇਰਾ ਮੰਨਣਾ ਵਾ ਕਿ ਪੰਜਾਬ ਦੀ ਪੁਲਿਸ ਤੇ ਕੈਪਟਨ ਅਮਰਿੰਦਰ ਸਿੰਘ ਇਜ਼ ਨੋਟ, ਇਟ ਡਸ ਨੋਟ ਹੈਵ ਦ ਵਿਲ ਪਾਵਰ ਟੂ ਟੈਕਲ ਕਰਪਸ਼ਨ, ਡਰੱਗਸ ਐਂਡ ਅਨਇੰਪਲੋਇਮੈਂਟ ਇਨ ਪੰਜਾਬ। ਲਾਅ ਐਂਡ ਆਰਡਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਤੁਹਾਨੂੰ ਲੱਗਦਾ ਕਿ ਸਮੱਸਿਆ ਸੁਧਰੀ ਹੈ ਜਾਂ ਬਿਲਕੁਲ ਸੇਮ ਹੈ ਜੋ 4 ਮਹੀਨੇ ਪਹਿਲਾਂ ਸਾਬਕਾ ਸਰਕਾਰ ਦੇ ਸਮੇਂ ਸੀ? ਗਵਰਨਮੈਂਟ ਚੇਂਜ ਹੋਣ ਤੋਂ ਬਾਅਦ ਵੀ ਲਾਅ ਐਂਡ ਆਰਡਰ ਦੇ ਵਿੱਚ ਕੁਝ ਤਬਦੀਲੀ ਆਈ ਹੋਵੇ? ਪੰਜਾਬ ਦੇ ਵਿੱਚ ਸਿਰਫ ਝੰਡਿਆਂ ਦੇ ਰੰਗ ਬਦਲੇ ਨੇ ਅਤੇ ਪੱਗਾਂ ਦੇ ਰੰਗ ਬਦਲੇ ਨੇ, ਉਹੀ ਸਾਰੀ ਕਾਰਜ ਸ਼ੈਲੀ ਹੈ, ਉਹੀ ਲਾਅ ਐਂਡ ਆਰਡਰ। ਤੁਸੀਂ ਦੇਖ ਲਓ ਪਹਿਲਾਂ ਜਿੱਦਾਂ 10 ਸਾਲ ਸੀਗਾ, ਅੱਜ ਵੀ ਲੋਕਾਂ ਨੂੰ ਸ਼ਰੇਆਮ ਦਿਨ ਦਿਹਾੜੇ ਮਾਰੇ ਜਾਂਦੇ ਨੇ, ਪੋਲੀਟੀਕਲ ਮਰਡਰਸ ਹੋ ਰਹੇ ਨੇ, ਬੈਂਕਾਂ ਲੁੱਟੀਆਂ ਜਾ ਰਹੀਆਂ ਨੇ, ਗੈਂਗ ਵਾਰਸ ਹੋ ਰਹੀਆਂ ਨੇ, ਗੈਂਗਸ ਦੇ ਨਾਮ ਲਏ ਜਾ ਰਹੇ ਨੇ DGP ਵੱਲੋਂ। ਦਿਸ ਇਜ਼ ਨੋਟ ਦੈਟ ਪੰਜਾਬ ਜਿਹੜਾ ਪੰਜਾਬ ਇਸ ਦੇਸ਼ ਦਾ ਨੰਬਰ 1 ਸੂਬਾ ਸੀਗਾ। ਸੋ ਮੇਰਾ ਇਹ ਮੰਨਣਾ ਕਿ ਕਾਂਗਰਸ ਇਹ ਸਾਰੇ ਪੱਖ ਦੇ ਮਸਲਿਆਂ ਨੂੰ ਇਫੈਕਟਿਵਲੀ ਡੀਲ ਕਰਨ ਵਿੱਚ ਕਾਮਯਾਬ ਨਹੀਂ ਹੋ ਰਹੀ। ਜ਼ਬਰ ਹੋ ਰਿਹਾ ਫਿਰ ਤੁਸੀਂ ਵੀ ਕਹਿ ਰਹੇ ਹੋ ਅਕਾਲੀ ਦਲ ਵਾਂਗ? ਜ਼ਬਰ ਤਾਂ ਚਲੋ ਮੈਂ ਨਹੀਂ ਕਹਿ ਰਿਹਾ ਹੈਗਾ, ਲੇਕਿਨ ਕੈਪਟਨ ਅਮਰਿੰਦਰ ਸਿੰਘ ਦੀ ਜਿੱਦਾਂ ਬਹੁਤ ਕਮਜ਼ੋਰ ਪਕੜ ਹੈ ਇਸ ਵਕਤ ਐਡਮਿਨਿਸਟ੍ਰੇਸ਼ਨ ਦੇ, ਆਪ ਤਾਂ ਉਹ ਪੰਜਾਬ ਕਦੀ ਗਏ ਹੀ ਨਹੀਂ ਗਏ, ਔਰ ਸਾਰੀ ਸਰਕਾਰ ਛੋਟੀ ਜਿਹੀ ਉਹਨਾਂ ਦੀ ਇੱਕ ਟੋਲੀ ਆ ਕੋਟਰੀ ਆਲੇ ਦੁਆਲੇ, ਉਹਨਾਂ ਕੋਲ ਇਨਫੋਰਮੇਸ਼ਨ ਹੀ ਨਹੀਂ ਠੀਕ ਆ ਰਹੀ ਥੱਲਿਓਂ ਕਿ ਕੀ ਹੋ ਰਿਹਾ ਵਾ। ਐਂਡ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਇਹ ਸਰਕਾਰ ਅਫਸਰਸ਼ਾਹੀ ਚਲਾ ਰਹੀ ਆ, ਕਾਂਗਰਸ ਦੇ ਆਪਣੇ MLA ਜਿਹਨੂੰ ਕਹਿੰਦੇ ਠੋਕਰਾਂ ਖਾਂਦੇ ਫਿਰਦੇ ਨੇ, ਈਵਨ ਮਿਨਿਸਟਰਸ ਜਿਹੜੇ 9 ਨੇ ਬਾਹਰ ਆਣ ਕੇ ਜਿੰਨਾ ਮਰਜ਼ੀ ਝੂਠ ਬੋਲਣ, ਉਹ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧਾ ਜਾ ਕੇ ਡਾਇਰੈਕਟਲੀ ਨਹੀਂ ਮਿਲ ਸਕਦੇ। DGP ਰਿਟੇਨ ਕੀਤੇ, ਸਹੀ ਫੈਸਲਾ ਲਿਆ ਆਮ ਆਦਮੀ ਪਾਰਟੀ ਪੂਰੇ ਕੈਪਟਨ ਅਮਰਿੰਦਰ ਸਿੰਘ ਦੀ ਐਕਸੈਸਿਬਿਲਿਟੀ ਪਿਛਲੀ ਵਾਰੀ ਨਾਲੋਂ ਵੀ ਕਮਜ਼ੋਰ ਹੋ ਗਈ ਆ। DGP ਰਿਟੇਨ ਕੀਤੇ, ਖੈਰਾ ਸਾਹਿਬ ਸਹੀ ਫੈਸਲਾ ਲੱਗ ਰਿਹਾ ਆਮ ਆਦਮੀ ਪਾਰਟੀ ਨੂੰ? ਸੁਖਪਾਲ ਖੈਰਾ, ਇਹ ਤਾਂ ਚੋਇਸ ਹੁੰਦੀ ਚੋਇਸ ਚੀਫ ਮਿਨਿਸਟਰ ਦੀ, ਹੁਣ ਉਹਨਾਂ ਨੇ ਕਿਹਨੂੰ ਰੱਖਣਾ ਕਿਹਨੂੰ ਨਹੀਂ ਰੱਖਣਾ, ਅਫਸਰ ਭਾਵਾਂ ਕੋਈ ਲਾਓ, ਲੇਕਿਨ ਗੁੱਡ ਗਵਰਨੈਂਸ ਦੇਣਾ ਪੰਜਾਬ ਦੀ ਸਰਕਾਰ ਦਾ ਫਰਜ਼ ਸੀਗਾ। ਬਿਲਕੁਲ ਥੱਲੇ ਤੱਕ ਸਟ੍ਰਿਕਟ ਮੈਸੇਜ ਹੁੰਦਾ ਕਿ ਖਬਰਦਾਰ ਜੇ ਕਿਸੇ ਨੇ ਕਿਸੇ ਤਰ੍ਹਾਂ ਦੀ ਭ੍ਰਿਸ਼ਟਾਚਾਰ ਕੀਤੀ, ਖਬਰਦਾਰ ਜੇ ਕਿਸੇ ਨੇ ਇੱਥੇ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਧੱਕੇਸ਼ਾਹੀ ਕੀਤੀ, ਝੂਠੇ ਪਰਚੇ ਦਰਜ ਕੀਤੇ, ਐਵਰੀਥਿੰਗ ਕੈਨ ਬੀ ਡਨ। ਠੀਕ ਹੈ, ਸਾਡੇ ਕੋਲ ਪੈਸਾ ਹੈ ਨਹੀਂ ਪੰਜਾਬ ਦੇ ਕੋਲ, ਇਨਫਰਾਸਟ੍ਰਕਚਰ ਬਿਲਡਿੰਗ ਨਹੀਂ ਹੋ ਸਕਦੀ, ਸਕੂਲ ਹੌਸਪੀਟਲ ਸੜਕਾਂ ਥੋੜ੍ਹਾ ਟਾਈਮ ਲੱਗ ਸਕਦਾ, ਲੇਕਿਨ ਗੁੱਡ ਗਵਰਨੈਂਸ ਦੇਣ ਤੋਂ ਕੌਣ ਰੋਕਦਾ ਸੀਗਾ? ਠੀਕ ਹੈ, ਦੈਟ ਕੁਡ ਬੀ ਗਿਵਨ ਇਫੈਕਟਿਵ ਟ੍ਰਾਂਸਪੇਰੈਂਟ ਅਕਾਊਂਟੇਬਲ ਗਵਰਨਮੈਂਟ ਕੈਨ ਬੀ ਗਿਵਨ ਪ੍ਰੋਵਾਈਡਿਡ ਯੂ ਹੈਵ ਅ ਵੈਰੀ ਸਟਰੋਂਗ ਵਿਲ ਪਾਵਰ। ਮੈਂ ਦੁਬਾਰਾ ਰਿਪੀਟ ਕਰ ਰਿਹਾ, ਵਿਲ ਪਾਵਰ ਚਾਹੀਦੀ। ਠੀਕ ਹੈ, ਖੈਰਾ ਸਾਹਿਬ ਬੇਅਦਬੀ ਦੇ ਮਾਮਲੇ ਰੁਕੇ ਨਹੀਂ, ਸਰਕਾਰ ਚੇਂਜ ਹੋਣ ਤੋਂ ਬਾਅਦ ਵੀ ਸਾਹਮਣੇ ਆਏ, ਮੈਂ ਤੁਹਾਡਾ ਇਸ ਦੇ ਉੱਤੇ ਟੇਕ ਜ਼ਰੂਰ ਚਾਹੂੰਗਾ। ਕੀ ਵਜ੍ਹਾ ਨਜ਼ਰ ਆਉਂਦੀ ਹੈ ਜਿਹੜੇ ਮਾਮਲੇ ਸਾਹਮਣੇ ਆ ਰਹੇ ਨੇ ਜਾਂ ਫਿਰ ਰੁਕ ਨਹੀਂ ਰਹੇ? ਇਹ ਤਾਂ ਬਹੁਤ ਮਾੜੀ ਗੱਲ ਹੈ ਜੀ, ਜਿਹੜੇ ਵੀ ਲੋਕ ਇਹ ਸ਼ਰਾਰਤ ਕਰ ਰਹੇ ਨੇ, ਚਾਹੇ ਏਜੰਸੀਆਂ ਕਰ ਰਹੀਆਂ ਨੇ, ਦਿਸ ਇਜ਼ ਸਮਥਿੰਗ ਵਿਚ ਇਜ਼ ਹਾਰਟ ਬ੍ਰੇਕਿੰਗ।
ਔਰ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ, ਚਾਹੇ ਉਹ ਗੀਤਾ ਦੀ ਬੇਅਦਬੀ ਹੈ, ਚਾਹੇ ਉਹ ਕੁਰਾਨ ਦੀ ਬੇਅਦਬੀ, ਚਾਹੇ ਉਹ ਬਾਈਬਲ ਦੀ ਆ, ਦਿਸ ਇਜ਼ ਅਨਐਕਸੈਪਟੇਬਲ। ਔਰ ਕਾਂਗਰਸ ਗਵਰਨਮੈਂਟ ਨੂੰ ਤਹਿ ਤੱਕ ਜਾ ਕੇ, ਜੜ ਤੱਕ ਉਹਨਾਂ ਲੋਕਾਂ ਨੂੰ ਫੜ ਕੇ ਅਤੇ ਇੱਕ ਐਗਜ਼ੈਂਪਲਰੀ ਪਨਿਸ਼ਮੈਂਟ ਦੇਣੀ ਚਾਹੀਦੀ ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਦੁਬਾਰਾ ਨਾ ਹੋਣ। ਇੱਕ ਪੋਸਟਰ ਲੱਗੇ ਖਹਿਰਾ ਸਾਹਿਬ ਰੈਫਰੈਂਡਮ 2020 ਦੇ, ਉਸ ਉੱਤੇ ਵੀ ਤੁਹਾਡਾ ਰਿਐਕਸ਼ਨ ਚਾਹੂੰਗਾ, ਕਿਉਂਕਿ ਇੱਕ ਵੱਡੇ ਪੋਸਟਰ ਲੱਗੇ, ਉਸ ਤੋਂ ਬਾਅਦ ਥਾਂ ਥਾਂ 'ਤੇ ਕਈ ਵਾਰ ਛੋਟੇ ਪੋਸਟਰ ਵੀ ਨਜ਼ਰ ਆ ਜਾਂਦੇ ਨੇ ਰੈਫਰੈਂਡਮ 2020 'ਤੇ। ਆਮ ਆਦਮੀ ਪਾਰਟੀ ਦਾ ਬਹੁਤ ਖੁੱਲ੍ਹ ਕੇ ਉਸ ਦੇ ਉੱਪਰ ਰਿਐਕਸ਼ਨ ਨਹੀਂ ਆਇਆ। ਦੇਖੋ, ਇਹ ਸਾਰੀ ਲਾਅ ਐਂਡ ਆਰਡਰ ਪੰਜਾਬ ਦੀ ਗਵਰਨਮੈਂਟ ਦੀ ਓਨਸ ਹੈ, ਰਿਸਪੋਂਸਿਬਿਲਿਟੀ, ਦੇ ਹੈਵ ਟੂ ਡੀਲ ਵਿਦ ਇਟ ਇਫੈਕਟਿਵਲੀ ਐਂਡ ਦੇ ਮਸਟ ਹੈਂਡਲ ਦ ਲਾਅ ਐਂਡ ਆਰਡਰ। ਕਿ ਪੰਜਾਬ ਦੇ ਵਿੱਚ ਕੋਈ ਵੀ ਆਣ ਕੇ ਕਿਸੇ ਤਰ੍ਹਾਂ ਦੇ ਕੋਈ ਫਿਰਕਾ ਪ੍ਰਸਤੀ ਦੀ ਗੱਲ ਕਰਕੇ, ਚਾਹੇ ਉਹ ਕੋਈ ਧਰਮ ਆ, ਉਹ ਪੰਜਾਬ ਦੇ ਵਾਤਾਵਰਣ ਨੂੰ ਖਰਾਬ ਨਾ ਹੋਣ ਦੇਣ, ਇਸ ਦੀ ਜ਼ਿੰਮੇਵਾਰੀ ਸਿੱਧੀ ਸਿੱਧੀ ਪੰਜਾਬ ਸਰਕਾਰ ਦੀ ਹੈ। ਮੈਂ ਇੱਕ SYL 'ਤੇ ਤੁਹਾਡਾ ਰਿਐਕਸ਼ਨ ਜ਼ਰੂਰ ਚਾਹੂੰਗਾ। ਅਮਿਤ ਸ਼ਾਹ ਜੋ BJP ਦੇ ਕੌਮੀ ਪ੍ਰਧਾਨ ਨੇ, ਹਰਿਆਣਾ ਫੇਰੀ 'ਤੇ ਪਹੁੰਚੇ, ਉਹਨਾਂ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਕਿ ਦੋਵਾਂ ਸੂਬਿਆਂ ਦੀ ਸਹਿਮਤੀ ਦੇ ਨਾਲ ਮੁੱਦੇ ਦਾ ਹੱਲ ਹੋ ਸਕਦਾ ਹੈ ਜਾਂ ਕਢਵਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਤੁਹਾਨੂੰ ਲੱਗਦਾ ਹੈ ਕਿ ਮੁੱਦੇ ਦਾ ਹੱਲ ਹੈ? ਨਹੀਂ, ਇਹ ਗਲਤ ਬੋਲਦੇ ਨੇ ਸਾਰੇ। ਔਰ ਸੁਪਰੀਮ ਕੋਰਟ ਅਨਫੋਰਚੁਨੇਟਲੀ ਇੱਕ ਤਰਫਾ ਹੀ ਤੁਰਿਆ ਆਉਂਦਾ ਜੀ, ਉਹ ਕਹਿੰਦਾ ਜੇ SYL ਪੱਕਾ ਬਣਾਓ, ਪਾਣੀ ਦਾ ਕੁਆਂਟਮ ਕਿੰਨਾ ਉਹ ਬਾਅਦ ਵਿੱਚ ਫੈਸਲਾ ਕਰਾਂਗੇ। ਜੇ ਇੰਨਾ ਸੌਖਾ ਅਕਰੋਸ ਦਾ ਟੇਬਲ ਫੈਸਲਾ ਹੁੰਦਾ ਤਾਂ ਇਹ ਫੈਸਲਾ, ਇਹ ਮਸਲਾ ਪਿਛਲੇ 30-35-40 ਸਾਲ ਨਾ ਲਟਕਦਾ, ਜਾਨਾਂ ਨਾ ਜਾਂਦੀਆਂ, ਮੋਰਚੇ ਨਾ ਲੱਗਦੇ। ਇਹ ਪੰਜਾਬ ਦੇ ਜਿਹੜਾ ਪੰਜਾਬ ਦੇ ਪਾਣੀਆਂ ਨਾਲ ਧੱਕਾ ਹੋ ਰਿਹਾ, ਪੰਜਾਬ ਰਾਈਪੇਰੀਅਨ ਸਟੇਟ ਆ। ਮੈਂ ਸਿਰਫ ਅੱਜ ਦੀ ਡੇਟ ਵਿੱਚ ਸ਼ੋਰਟ ਮੈਸੇਜ ਇਹ ਦੇਣਾ ਚਾਹੁੰਦਾ ਕਿ ਅਸੀਂ ਇਸ ਪੰਜਾਬ ਦੇ ਪਾਣੀ ਨੂੰ ਹਰਗਿਸ ਨਹੀਂ ਜਾਣ ਦੇਵਾਂਗੇ, ਇਹ ਸਤਲੁਜ ਯਮੁਨਾ ਲਿੰਕ ਨਹੀਂ ਬਣਨ ਦੇਵਾਂਗੇ, ਉਹਦੇ ਲਈ ਭਾਵਾਂ ਪੰਜਾਬੀਆਂ ਨੂੰ ਕਿਸੇ ਤਰ੍ਹਾਂ ਦੀ ਵੀ ਕੁਰਬਾਨੀ ਦੇਣੀ ਪਊ। ਚਲੋ, ਇਹ ਮੈਂ ਇੱਕ ਪੋਲੀਟੀਕਲ ਪਾਰਟੀ ਨਾਲ ਜ਼ਰੂਰ ਜੁੜਿਆ ਸਵਾਲ ਜ਼ਰੂਰ ਪੁੱਛੂੰਗਾ, ਕਿਉਂਕਿ ਤੁਸੀਂ ਪਿਛੋਕੜ, ਤੁਹਾਡਾ ਅਕਾਲੀ ਦਲ ਨਾਲ ਵੀ ਰਿਹਾ, ਤੁਸੀਂ ਕਾਂਗਰਸ ਨਾਲ ਵੀ ਰਹੇ ਹੋ, ਉਹਨਾਂ ਦੇ MLA ਵੀ ਰਹੇ ਹੋ, ਹੁਣ ਆਮ ਆਦਮੀ ਪਾਰਟੀ ਦੇ ਵਿੱਚ ਹੋ, ਤਿੰਨਾਂ ਪਾਰਟੀਜ਼ ਦੇ ਵਰਕ ਕਲਚਰ ਦੇ ਵਿੱਚ ਤੁਹਾਨੂੰ ਕੀ ਫਰਕ ਨਜ਼ਰ ਆਉਂਦਾ ਹੈ? ਲਾਜ਼ਮੀ ਤੌਰ 'ਤੇ ਤੁਸੀਂ ਆਮ ਆਦਮੀ ਪਾਰਟੀ ਦੀ ਸ਼ਲਾਘਾ ਕਰੋਗੇ, ਪਰ ਫਿਰ ਵੀ ਫਰਕ ਕੀ ਨਜ਼ਰ ਆ ਰਿਹਾ? ਨਹੀਂ, ਪਹਿਲਾਂ ਮੈਂ ਸ਼ਲਾਘਾ ਅਕਾਲੀ ਦਲ ਦੀ ਕਰ ਦਿੰਦਾ ਵਾਂ। ਅਕਾਲੀ ਦਲ ਇਸ ਦੇਸ਼ ਦੀ ਸੈਕਿੰਡ ਓਲਡੈਸਟ ਪਾਰਟੀ ਆ, ਬਹੁਤ ਡੈਮੋਕ੍ਰੈਟਿਕ ਪਾਰਟੀ ਸੀ। ਚੰਗੇ ਚੰਗੇ ਸਾਧੂ ਸੰਤਾਂ ਨੇ ਇਹਨੂੰ, ਬਾਬਾ ਖੜਕ ਸਿੰਘ ਵਰਗੇ, ਮਾਸਟਰ ਤਾਰਾ ਸਿੰਘ ਵਰਗੇ, ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਟੋੜਾ ਤੱਕ ਵੀ ਠੀਕ ਸੀ। ਜਿੱਦਣ ਬਾਦਲ ਨੇ ਇਸ ਪਾਰਟੀ ਨੂੰ ਹਾਈਜੈਕ ਕਰ ਲਿਆ, ਆਪਣੇ ਟੱਬਰ ਦੀ ਪਾਰਟੀ ਬਣਾ ਗਈ, ਇਟ ਬਿਕੇਮ ਫੈਮਿਲੀ ਪਾਰਟੀ, ਇਟ ਬਿਕੇਮ ਏ ਜ਼ੀਰੋ ਟੋਲਰੈਂਸ ਪਾਰਟੀ, ਔਰ ਇਟ ਬਿਕੇਮ ਅ ਕਰਪਟ ਪਾਰਟੀ। ਕਾਂਗਰਸ ਜਿਹੜੀ ਆ, ਉਸ ਦੇ ਵਿੱਚ ਉਹੀ ਸਾਰਾ ਕਲਚਰ ਆ ਜੋ ਟ੍ਰੈਡੀਸ਼ਨਲ ਪਾਰਟੀਆਂ 'ਚ ਇਸ ਦੇਸ਼ ਵਿੱਚ ਹੈਗਾ। ਲਿਫਾਫੇ ਦਾ ਕਲਚਰ, ਖੁਸ਼ਾਮਦ ਦਾ ਕਲਚਰ, ਬਾਹੂਬਲੀ ਪੋਲੀਟਿਕਸ, ਤਾਕਤਵਰ ਲੋਕ, ਪੈਸੇ ਵਾਲੇ ਲੋਕ। ਇਕੱਲੀ ਆਮ ਆਦਮੀ ਪਾਰਟੀ, ਦੇਖੋ ਮੈਨੂੰ ਬਣਾਇਆ ਉਹਨਾਂ ਨੇ, ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ, ਅਤੇ ਉਹਨਾਂ ਨੇ ਮੈਨੂੰ ਲੀਡਰ ਬਣਾਇਆ। MLAs ਨੂੰ ਪੁੱਛਿਆ ਉਹਨਾਂ ਨੇ, ਵਿਰੋਧੀ ਧਿਰ ਦਾ ਬਣਾਉਣ, ਕਿਹੜੀ ਪਾਰਟੀ ਆ ਜਿਹੜੀ ਆਪਣੇ ਵਰਕਰਸ ਅਤੇ ਵਾਲੰਟੀਅਰਸ ਦੇ MLAs ਨੂੰ ਪੁੱਛ ਕੇ ਫੈਸਲਾ ਲੈਂਦੀ ਹੈ? ਸੁਖਬੀਰ ਸਿੰਘ ਬਾਦਲ ਲਿਫਾਫੇ 'ਚੋਂ SGPC ਦਾ ਪ੍ਰਧਾਨ ਕੱਢ ਦਿੰਦੇ। ਦੇਰਫੋਰ ਆਮ ਆਦਮੀ ਪਾਰਟੀ ਇਜ਼ ਅ ਗੁੱਡ ਪਾਰਟੀ, ਔਰ ਮੈਨੂੰ ਇਹ ਲੱਗ ਰਿਹਾ ਵਾ ਕਿ 2019 'ਚ ਪੰਜਾਬ ਵਿੱਚ ਦੁਬਾਰਾ ਫਿਰ ਆਮ ਆਦਮੀ ਪਾਰਟੀ ਨੂੰ ਲੋਕ ਇੱਕ ਮੌਕਾ ਦੇਣ। ਖੈਰਾ ਸਾਹਿਬ, ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੂੰਗਾ। 3 ਵਰ੍ਹਿਆਂ ਦੇ ਵਿੱਚ ਅਤੇ 3 ਪ੍ਰਧਾਨ ਚੇਂਜ ਹੋਏ ਨੇ, ਭਗਵੰਤ ਮਾਨ ਜੀ 4th ਪ੍ਰਧਾਨ ਬਣੇ ਨੇ, ਵਜ੍ਹਾ ਕੀ ਨਜ਼ਰ ਆਉਂਦੀ ਹੈ? ਬਹੁਤ ਜਲਦੀ ਜਲਦੀ ਪ੍ਰਧਾਨ ਚੇਂਜ ਹੋ ਗਏ। ਚੌਥੇ ਕਿੱਦਾਂ ਬਣੇ ਮੈਂ ਸਮਝਿਆ ਨਹੀਂ ਜੀ। ਛੋਟੇਪੁਰ ਜੀ ਹੋ ਗਏ, ਬੱਚਾ ਸਿੰਘ ਛੋਟੇਪੁਰ ਸੀ, ਅਤੇ ਸਟਾਰਟਿੰਗ ਸੁਮੇਲ ਸਿੱਧੂ ਜੀ ਤੋਂ ਹੋਈ ਸੀ। ਅੱਛਾ ਜੀ, ਦੇਖੋ ਇਹ ਤਾਂ ਇਟ ਡਿਪੈਂਡਸ ਔਨ ਦ ਜੋ ਮੌਜੂਦਾ ਜ਼ਮੀਨੀ ਹਾਲਾਤ ਨੇ। ਇਸ ਕਰਕੇ ਕੋਈ ਜੇ ਪ੍ਰਧਾਨ ਫ੍ਰੀਕੁਐਂਟਲੀ ਚੇਂਜ ਹੋ ਗਏ ਆ, ਇਟ ਡਜ਼ਨਟ ਮੀਨ ਕਿ ਪਾਰਟੀ ਨੇ ਕੋਈ ਗਲਤ ਫੈਸਲੇ ਲਏ ਨੇ। ਜੋ ਮੌਜੂਦਾ ਹਾਲਾਤ ਸੀ ਉਹਨਾਂ ਨੂੰ ਦੇਖ ਕੇ ਉਹਨਾਂ ਨੇ ਫੈਸਲੇ ਲਏ ਨੇ। ਨਹੀਂ, ਦੋ ਪਾਰਟੀ ਛੱਡ ਗਏ ਸਰ। ਚੇਂਜ ਕਦੋਂ ਹੁੰਦਾ? ਦੈਟ ਇਜ਼ ਦੋ ਪਾਰਟੀ ਛੱਡ ਗਏ। ਐਂ ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਜੀ, ਮਤਲਬ ਪਹਿਲਾਂ ਕਾਂਗਰਸ ਵਿੱਚ ਸੀ, ਫਿਰ ਅਕਾਲੀ ਦਲ ਚਲੇ ਗਏ, ਫਿਰ ਉਹਨਾਂ ਨੇ ਪੰਥਕ ਅਕਾਲੀ ਦਲ ਬਣਾ ਲਿਆ, ਫਿਰ ਵਾਪਸ ਕਾਂਗਰਸ 'ਚ ਆ ਗਏ। ਇਹ ਚੱਲਦਾ ਰਹਿੰਦਾ ਪੋਲੀਟਿਕਸ ਵਿੱਚ ਜੀ। ਠੀਕ ਹੈ, ਸਵਾਲ ਹੈਗਾ ਕਿ ਤੁਹਾਡਾ ਏਜੰਡਾ ਕਿੱਦਾਂ ਦਾ? ਖਹਿਰਾ ਸਾਹਿਬ, ਮੈਨੂੰ ਪਤਾ ਤੁਹਾਡੇ ਕੋਲ ਸਮਾਂ ਬਹੁਤ ਘੱਟ ਹੈ, ਪਰ ਤੁਹਾਡੇ ਤੋਂ ਇੱਕ ਹੋਰ ਸਵਾਲ ਜ਼ਰੂਰ ਪੁੱਛਣਾ ਚਾਹੂੰਗਾ ਕਿ 5 ਅਜਿਹੀਆਂ ਚੀਜ਼ਾਂ ਜੋ ਤੁਹਾਨੂੰ ਲੱਗਦਾ ਕਿ ਫਸਟ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਸਰਕਾਰ ਦੀ, ਜੋ ਠੀਕ ਕਰਨ ਵਾਲੀਆਂ, ਕਿ ਇਹ ਤਾਂ ਸਭ ਤੋਂ ਪਹਿਲਾਂ ਕੰਮ ਸਰਕਾਰ ਨੂੰ ਕਰਨਾ ਚਾਹੀਦਾ? ਅੱਜ ਦੀ ਡੇਟ ਵਿੱਚ ਸਭ ਤੋਂ ਪਹਿਲਾਂ ਜੋ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਆਤਮ ਹੱਤਿਆ, ਉਹਨੂੰ ਟੈਕਲ ਕਰਨ ਦੀ ਲੋੜ ਹੈ। ਦੂਸਰਾ, ਇਸ ਦੇਸ਼ ਅਤੇ ਪੰਜਾਬ ਨੂੰ ਜਿਹੜਾ ਦੀਮਕ ਖਾ ਰਿਹਾ ਭ੍ਰਿਸ਼ਟਾਚਾਰ, ਉਸ ਨੂੰ ਟੈਕਲ ਕਰਨ ਦੀ ਲੋੜ ਹੈ। ਤੀਸਰਾ, ਜਿਹੜੀ ਬੇਰੁਜ਼ਗਾਰੀ ਫੈਲ ਗਈ ਅਤੇ ਸਾਡੇ ਬੱਚੇ ਟੈਂਕੀਆਂ 'ਤੇ ਚੜ ਗਏ, ਉਹਨੂੰ ਟੈਕਲ ਕਰਨ ਦੀ ਲੋੜ ਹੈ। ਚੌਥਾ, ਮੈਂ ਕਹਿਣਾ ਚਾਹੁੰਦਾ ਵਾਂ ਕਿ ਐਜੂਕੇਸ਼ਨ ਅਤੇ ਹੈਲਥ ਕੇਅਰ ਜੋ ਆਮ ਜਨਤਾ ਨਾਲ ਕਨੈਕਟਡ ਮਸਲੇ ਨੇ, ਥੱਲੇ ਪੁੱਜੇ ਚਲੇ ਗਏ ਨੇ, ਜੋ ਸੜਕਾਂ ਦੇ ਉੱਤੇ ਐਕਸੀਡੈਂਟ ਹੋ ਰਹੇ ਨੇ, 6,000 ਵਿਅਕਤੀ ਮਰ ਰਿਹਾ,
ਤੇ ਕਾਨੂੰਨ ਦੀ ਵਿਵਸਥਾ ਇੰਡਸਟਰੀ ਦਾ ਧਿਆਨ ਰੱਖਣਾ ਇਹ ਸਾਰੇ ਬਰਨਿੰਗ ਇਸ਼ੂਜ਼ ਨੇ ਪੰਜਾਬ ਦੇ ਵਿੱਚ ਮੈਂ ਆਖਰੀ ਸਵਾਲ ਤੁਹਾਡੇ ਤੋਂ ਜ਼ਰੂਰ ਲੈਣਾ ਚਾਹੂੰਗਾ ਚਾਰ ਮਹੀਨੇ ਜੋ ਕਾਂਗਰਸ ਦੀ ਗਵਰਨਮੈਂਟ ਨੂੰ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੀ ਨਜ਼ਰ ਦੇ ਵਿੱਚ ਉਹਨਾਂ ਦੇ ਵੱਲੋਂ ਕੀਤਾ ਗਿਆ ਸਭ ਤੋਂ ਵਧੀਆ ਕੰਮ ਕੋਈ ਹੈ ਕਿੰਨੇ ਪੁਆਇੰਟ ਤੁਸੀਂ ਦਿਓਗੇ ਆਊਟ ਆਫ 10 ਦੇਖੋ ਸ਼ੁਰੂਆਤ ਕੈਪਟਨ ਅਮਰਿੰਦਰ ਸਿੰਘ ਨੇ ਕੁਛ ਫੈਸਲੇ ਅੱਛੇ ਲੈਣ ਦੀ ਕੋਸ਼ਿਸ਼ ਕੀਤੀ ਸੀ ਵੀ ਆਈ ਪੀ ਕਲਚਰ ਨੀਂਹ ਪੱਥਰ ਨਹੀਂ ਰੱਖਾਂਗੇ ਹਲਕਾ ਇੰਚਾਰਜ ਨਹੀਂ ਲਾਵਾਂਗੇ ਲੇਕਿਨ ਕੱਲ੍ਹ ਦੀ ਸੋਸ਼ਲ ਮੀਡੀਆ 'ਤੇ ਇੱਕ ਸੁਜਾਨਪੁਰ ਦੇ ਵਿੱਚ ਕੋਈ ਹਲਕਾ ਇੰਚਾਰਜ ਵੀ ਲਾਤਾ ਵਾ ਵੀ ਆਈ ਪੀ ਇਹਨਾਂ ਦਾ ਕਲਚਰ ਤਾਂ ਮੁੱਕ ਹੀ ਨਹੀਂ ਸਕਦਾ ਤੁਸੀਂ ਦੇਖ ਲਓ ਇਹਨਾਂ ਦੇ ਅੱਗੇ ਪਿੱਛੇ ਜਿਸ ਤਰ੍ਹਾਂ ਕੰਮ ਚੱਲਦੇ ਨੇ ਇਸ ਲਈ ਯਤਨ ਅਮਰਿੰਦਰ ਸਿੰਘ ਨੇ ਭਾਵਾਂ ਕੀਤਾ ਹੋਵੇ ਲੇਕਿਨ ਹੌਲੀ ਹੌਲੀ ਚਾਰ ਮਹੀਨਿਆਂ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਗ੍ਰਾਫ ਥੱਲੇ ਆਇਆ ਮੈਂ ਨੰਬਰ ਨਹੀਂ ਦੇਣਾ ਚਾਹੁੰਦਾ ਲੇਕਿਨ ਲੋਕ ਇਸ ਸਰਕਾਰ ਤੋਂ 4 ਮਹੀਨਿਆਂ 'ਚ ਸਾਡੀ ਉਮੀਦ ਤੋਂ ਬਹੁਤ ਤੇਜ਼ੀ ਨਾਲ ਮਾਯੂਸ ਹੋ ਰਹੇ ਨੇ ਤੁਹਾਡਾ ਹੱਥ ਇਸ਼ਾਰਾ ਕਰ ਰਿਹਾ ਸਰ ਕਿੰਨੇ ਨੰਬਰ ਦੇ ਰਹੇ ਹੋ ਸਰ ਚਲੋ ਬਹੁਤ ਬਹੁਤ ਸ਼ੁਕਰੀਆ ਮੈਂ ਨੋਟ ਦੈਟ ਥੈਂਕ ਯੂ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਖਹਿਰਾ ਸਾਹਿਬ ਸਾਡੇ ਨਾਲ ਇਸ ਗੱਲਬਾਤ ਦੇ ਲਈ ਜੁੜਨ ਦੇ ਲਈ ਤਾਂ ਵਿਰੋਧੀ ਧਿਰ ਦੇ ਆਗੂ ਵਿਭਾਗ ਅੰਦਾਜ਼ ਦੇ ਲਈ ਜਾਣੇ ਜਾਂਦੇ ਨੇ ਸੁਖਪਾਲ ਸਿੰਘ ਖਹਿਰਾ ਜੀ ਬਹੁਤ ਸਿੱਧੇ ਸਵਾਲਾਂ ਦਾ ਜਵਾਬ ਉਹਨਾਂ ਦੇ ਵੱਲੋਂ ਦਿੱਤਾ ਗਿਆ ਤੁਹਾਨੂੰ ਸਾਡੀ ਇੱਕ ਖਾਸ ਪੇਸ਼ਕਸ਼ ਕਿਹੋ ਜਿਹੀ ਲੱਗੀ ਤੁਸੀਂ ਸਾਨੂੰ ਜ਼ਰੂਰ ਦੱਸ ਸਕਦੇ ਹੋ ਅਤੇ ਫਿਲਹਾਲ ਦੇ ਲਈ ਇਸ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ ਇਜਾਜ਼ਤ ਦਿਓ ਧੰਨਵਾਦ